ਤਾਲੀ ਸੱਚੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਵੱਡਾ 2473 ਮੇਰਾ ਨਾਮ ਹੈ ਗगन ਤੇ ਅੱਜ ਇੱਕ ਕੀਤੇ ਹੋਏ ਕੁਐਸਚਨ ਦਾ ਮੈਂ ਟੈਸਟ ਰੱਖਿਆ ਮੈਂ ਕਿਹਾ ਕੀ ਪਤਾ ਜੇ ਤੁਹਾਨੂੰ ਆਂਦਾ ਹੋਵੇ ਬਹੁਤ ਵਧੀਆ ਗੱਲ ਹੈ ਤੁਹਾਡੀ ਮੈਮਰੀ ਪਾਵਰ ਕਿੰਨੀ ਹੈ ਤੁਹਾਨੂੰ ਯਾਦ ਕਿੰਨਾ ਰਹਿੰਦਾ ਹੈ ਇਹ ਜਿੰਨੇ ਵੀ ਸਵਾਲ ਨੇ ਅੱਜ ਆਪਾਂ ਸਾਰੇ ਇੱਕ ਵਾਰ ਕਰ ਚੁੱਕੇ ਹਾਂ ਤੁਸੀਂ ਦੇਖੋਗੇ ਕਿ ਹਾਂ ਯਾਰ ਇਤੋਂ ਸਰ ਹੋ ਗਏ ਸਰ ਤੁਸੀਂ ਕਿਉਂ ਉਹੀ ਸਵਾਲ ਲੈ ਆਏ ਚੱਕ ਕੇ ਤੁਹਾਨੂੰ ਟਾਈਮ ਨਹੀਂ ਮਿਲਿਆ ਪੀਪੀਟੀ ਬਣਾਉਣ ਦਾ ਬਹੁਤ ਟਾਈਮ ਹੁੰਦਾ ਮੈ ਕੋਲ ਮੈਂ ਸਪੈਸ਼ਲੀ ਲੈ ਕੇ ਆਇਆ ਕਿ ਕੁਝ ਸਵਾਲ ਮੈਂ ਰੈਂਡਮਲੀ ਚੈੱਕ ਕਰੀਏ ਵੀ ਜਿੱਦਾਂ ਸਕੂਲ ਤੇ ਨਹੀਂ ਹੁੰਦਾ ਸੀ ਟੈਸਟ ਲੈ ਕੇ ਦੇਖੀਏ ਰੈਂਡਮਲੀ ਚੈੱਕ ਕਰੀ ਜਾਂਦਾ ਅੱਜ ਮੈਂ ਵੀ ਤੁਹਾਨੂੰ ਕਿੰਨਾ ਕੁ ਯਾਦ ਰਹਿ ਰਿਹਾ ਉਸੇ ਹਿਸਾਬ ਨਾਲ ਆਪਾਂ ਅੱਗੇ ਵਧਾਂਗੇ ਕਿ ਆਪਾਂ ਕਰੰਟ ਅਫੇਅਰ ਨੂੰ ਸਾਨੂੰ ਰਿਵੀਜ਼ਨ ਕਰਾਣ ਦੀ ਸਾਨੂੰ ਲੋੜ ਹੈ ਕੁਝ ਸਾਨੂੰ ਫਾਇਦਾ ਹੋ ਰਿਹਾ ਤੁਹਾਨੂੰ ਕੀ ਫਾਇਦਾ ਨਹੀਂ ਹੋ ਰਿਹਾ ਠੀਕ ਹੈ ਇਹ ਸਾਰੀਆਂ ਗੱਲਾਂ ਦੋ ਚਾਰ ਆਪਾਂ ਹੋ ਗਈਆਂ ਕਰੰਟ ਅਫੇਅਰ ਲਈ ਜਿਹੜੀ ਇੰਪੋਰਟੈਂਟ ਚੀਜ਼ ਹੈ ਕੱਲ ਤੋਂ ਮੈਂ ਦੱਸਦਾ ਆ ਰਿਹਾ ਅਸੀਸ ਜਿਹੜੀ ਚੀਜ਼ ਸ਼ੁਰੂ ਕੀਤੀ ਹੈ ਬਹੁਤ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ ਕੀ ਹੈ ਪੂਰੇ 12 ਮਹੀਨੇ ਹੋਣਗੇ ਜਨਵਰੀ ਦਸੰਬਰ ਤੱਕ 2022 ਦੇ 12 ਮਹੀਨੇ ਦੀ 12 ਤੁਹਾਨੂੰ ਈ-ਬੁੱਕਾਂ ਮਿਲਣਗੀਆਂ ਜਿਹਦੇ ਵਿੱਚ ਕੁਐਸਚਨ ਬੈਂਕ ਹੋਊਗਾ ਦੁਬਾਰੇ ਕਲੀਅਰ ਕਰ ਦੋ ਇਹ ਨਾ ਬੋਲੇ ਸਰ ਐਕਸਪਲੇਨੇਸ਼ਨ ਨਹੀਂ ਕੁਐਸਚਨ ਬੈਂਕ ਹੈ ਹੋ ਹਰ ਮਹੀਨੇ ਦੇ ਕਾਊਂਟ 300 ਤੇ ਅਰਾਊਂਡ ਤੁਹਾਡੇ ਕੋਲ ਕੁਐਸਚਨਸ ਹੋਣਗੇ ਫਿਰ ਉਹਨਾਂ 300 ਕੁਐਸਚਨ ਦੇ ਵੀ ਟੈਸਟ ਕਰਨਾ ਵੀ ਤੁਸੀਂ ਕਿਦਾਂ ਕਿੱਥੇ ਸਟੈਂਡ ਕਰ ਰਹੇ ਕਿਉਂਕਿ ਯਾਦ ਕਰਨਾ ਸੌਖਾ ਹੈ ਜਦੋਂ ਉਹਨੂੰ ਇੰਪਲੀਮੈਂਟ ਨਾ ਕਰੀਏ ਉਦੋਂ ਤੱਕ ਹੁੰਦਾ ਨਹੀਂ ਹੈ ਨਾ ਗੱਡੀ ਚਾਣੀ ਤੁਸੀਂ YouTube ਤੇ ਸਿੱਖ ਸਕਦੇ ਹੋ ਕਿ ਇਹ ਬਹਿ ਗਿਆ ਮੈਂ ਇਹ ਲੈਫਟ ਮੈਂ ਦੱਬਿਆ ਇਹ ਮੈਂ ਚੜਾਇਆ ਗੇਅਰ ਇਹ ਮੈਂ ਦਿੱਤੀ ਰੇਸ ਇਹ ਮੈਂ ਨਿਊਟਰਲ ਕਰਤਾ ਇਹ ਮੈਂ ਲਾਈ ਬ੍ਰੇਕ ਵੱਡੇ ਤੂੰ ਜਦੋਂ ਤੱਕ ਤੁਸੀਂ ਅਸਲ ਵਿੱਚ ਗੱਡੀ ਨਹੀਂ ਚਲਾਓਗੇ ਥੋੜ੍ਹੋਂ ਨਹੀਂ ਹੋਊਗੀ ਹੈਨਾ ਤੁਸੀਂ ਕਿਸੇ ਨਾਲ ਸਿੱਖ ਰਹੇ ਹੋ ਗੱਡੀ ਉਹਨੇ ਜਦੋਂ ਡਰਾਈਵਿੰਗ ਸਕੂਲ ਵਾਲੇ ਹੁੰਦੇ ਉਹਨਾਂ ਨੇ ਲਾਏ ਹੁੰਦੇ ਪਿੱਛੇ ਪੈਡਲ ਮੈਂ ਆਪ ਸਿੱਖੀ ਮੈਂ ਦੱਸਦਾ ਤਾਂ ਰਿਵਰਸ ਮੈਂ ਬੜੇ ਪਿਆਰ ਨਾਲ ਕਰੀ ਜਾਂਦਾ ਮੈਂ ਲੈ ਤਾਂ ਬਹੁਤ ਵਧੀਆ ਰਿਵਰਸ ਕਰ ਲਈ ਮੈਂ ਇਥੋਂ ਤਾਂ ਤੇਜ਼ ਹੈ ਹੀ ਨਹੀਂ ਕੋਈ ਲੋਕਾਂ ਨੂੰ ਤਾਂ ਐਂਡਰ ਲੱਗਦਾ ਤੇ ਜਦੋਂ ਅਸਰ ਵਿੱਚ ਗੱਡੀ ਚਲਾਈ ਉਦੋਂ ਨਾਲ ਨਾਲ ਵਾਲੇ ਕੋਲ ਪੈਡਲ ਤਾਂ ਹੁੰਦੇ ਨਹੀਂ ਤੇ ਮੈਂ ਪੂਰਾ ਐਨ ਕਲਚ ਦੱਬ ਕੇ ਰਿਵਰਸ ਚੜਾ ਕੇ ਮੈਂ ਪੂਰੀ ਰੇਸਾਂ ਦੱਬਤੀ ਉਹ ਗੱਡੀ ਉਹ ਸ਼ੌਕ ਦੀ ਚਾਹ ਮਗਰ ਨੂੰ ਬਚ ਗਈ ਠੁੱਕੀ ਠਾਗੀ ਨਹੀਂ ਕਿਤੇ ਤਾਂ ਉਹੀ ਗੱਲ ਹੈ ਸਿੱਖਣਾ ਇੱਕ ਥਾਂ ਤੇ ਹੈ ਇੰਪਲੀਮੈਂਟ ਕਰਨਾ ਥੋੜਾ ਅਡਰਡ ਗੱਲ ਹੈ ਠੀਕ ਹੈ ਤਾਂ ਉਹ ਉਹਦੇ ਲਈ ਇਹਦੇ ਵਿੱਚ ਟੈਸਟ ਵੀ ਨੇ ਤੇ ਸਵੇਰ ਤੱਕ ਇਹ ਇਧਰ ਪ੍ਰਾਈਸ ਅਰਾਊਂਡ 200 ਸੀਗਾ ਦਾ オリジナル ਪ੍ਰਾਈਸ ਜੇ ਤੁਹਾਨੂੰ ਪਤਾ ਹੋਵੇ 248 ਰੁਪਏ ਸੀਗਾ 299 ਇਸੇ ਵੈਸੇ ਪ੍ਰਾਈਸ ਹੈ ਦਾ ਇਹ ਰਿਹਾ 299 ਪ੍ਰਾਈਸ ਹੈ ਇਹਦੀ ਥਾਂ ਜੇ ਤੁਸੀਂ ਬਾਇ ਨਾਉ ਤੇ ਜਾ ਕੇ ਜਦੋਂ ਡਿਸਕਾਊਂਟ ਕੋਡ Y383S ਲਾਉਂਗੇ ਵੈ 383 ਐਸ ਲਾਉਂਗੇ ਤਾਂ ਇਹ ਪਹਿਲਾ 248 ਦਾ ਮਿਲ ਰਿਆ ਸੀ ਤੇ ਹਜੇ ਵੀ 210 ਹੈ ਇਸ ਕਲਾਸ ਦੇ ਐਂਡ ਤੱਕ ਇਹ 200 हट ਜਾਊਗਾ ਤਾਂ ਦੁਬਾਰੇ ਤੋਂ ਮੈਂ ਕਲੀਅਰ ਕਰਨਾ ਚਾਹਨਾ ਇਹ 200 ਦਾ ਹੈ ਥੋੜੇ ਟਾਈਮ ਲਈ ਰਿਹਾ ਹੈ ਜਿਹਨੇ انرول ਨਹੀਂ ਕੀਤਾ ਇਹਦੇ ਵਿੱਚ ਜਰੂਰ ਕਰ ਲਵੇ ਠੀਕ ਹੈ ਅਸੀਂ ਇਸ ਪੈਕ ਕਿੰਨੇ ਦਾ ਹੋਈ ਦਸਰਮ ਹੈ YE383S ਲਾ ਕੇ ਠੀਕ ਹੈ ਚਲੋ ਜੀ ਤਾਂ ਜੀ ਕਲਾਸ ਸ਼ੁਰੂ ਕਰਦੇ ਆ ਅੱਜ ਦੀ ਤਾਂ ਜੀ ਪਹਿਲਾ ਸਵਾਲ ਇਹ ਰਿਹਾ ਤਾਂ ਜੀ ਗਰੁੜ ਐਰੋਸਪੇਸ ਐਂਡ ਇੰਡੀਅਨ ਡਰੋਨ ਸਟਾਰਟਅਪ ਟੂ ਐਸਟੈਬਲਿਸ਼ ਆ ਫੈਸਿਲਿਟੀ ਇਨ ਗਰੁੜ ਐਰੋਸਪੇਸ ਕਰਕੇ ਕੰਪਨੀ ਹੈ ਚੇਨਈ ਵਿੱਚ ਹੈਡਕੁਆਟਰ ਹੈ ਮਹਿੰਦਰ ਸਿੰਘ ਧੋਨੀ ਨੇ ਰੀਸੈਂਟਲੀ ਇਹਦੇ ਵਿੱਚ ਇਨਵੈਸਟ ਕੀਤਾ ਹੈ ਤਾਂ ਇਹ ਇੱਕ ਇੱਕ ਇੰਡੀਅਨ ਡਰੋਨ ਸਟਾਰਟਅਪ ਹੈ ਇਹ ਕਿੱਥੇ ਬਣ ਰਿਹਾ ਇਹ ਆਪਣੀ ਫੈਕਟਰੀ ਕਿੱਥੇ ਲਾ ਰਿਹਾ THAILAND PHILIPPINES MALAYSIA MYANMAR ਕੱਦੋ ਸਟਾਰਟ ਹੋ 27 ਜੁਲਾਈ ਨੂੰ ਤੁਹਾਨੂੰ ਪਹਿਲੀ ਈ-ਬੁੱਕ ਮਿਲ ਜੂਗੀ ਜਿਹਦੇ ਵਿੱਚ ਕੁਐ ਪਹਿਲਾ ਆਨਸਰ ਆਇਆ ਪਹਿਲਾ ਆਨਸਰ ਹੀ ਗਲਤ ਆ ਮੌਨਿਕਾ ਫਿਲੀਪੀਨਸ ਨਹੀਂ ਹੈ ਆਨਸਰ ਇਹਦਾ ਫਿਲੀਪੀਨਸ ਨਹੀਂ ਹੈ ਆਨਸਰ ਇਹਦਾ ਤਾਂ ਆਨਸਰ ਇਹਦਾ ਹੋ ਜਾਂਦਾ ਹੈ ਕਿ ਮਲੇਸ਼ੀਆ ਤਾਂ ਜੀ ਧਿਆਨ ਰੱਖੋ ਉਹੀ ਮੈਂ ਤੈ ਕਹੇ ਇਹ ਸਵਾਲ ਆਪਾਂ ਕਰ ਚੁੱਕੇ ਹਾਂ ਇੱਕ ਵਾਰ ਹੀ ਆਲਰੇਡੀ ਡਨ ਨੇ ਰਿਵੀਜ਼ਨ ਦੀ ਰਿਵੀਜ਼ਨ ਹੋ ਰਹੀ ਮੈਂ ਉਹੀ ਦੇਖ ਰਿਹਾ ਸਾਨੂੰ ਕਿੰਨਾ ਚਿਰ ਯਾਦ ਰਹਿੰਦਾ ਹੈ ਇੱਕ ਵਾਰ ਸੈਸ਼ਨ ਨੂੰ ਲਾਈਕ ਜੇ ਕਰ ਦੋਗੇ ਫਿਰ ਆਪਾਂ ਅੱਗੇ ਵਧੀਆ ਮੈਂ ਕਹਿਣਾ 50 ਬੈਠੇ ਹੋ 20 ਲਾਈਕ ਕੀਤਾ ਹੋਏ ਨੇ ਐ ਨਾ ਕਰੋ ਇੱਕ ਵਾਰ ਲਾਈਕ ਕਰ ਦਿਓ ਚਲੋ ਅਗਲਾ ਸਵਾਲ ਦੇਖਦੇ ਆਪਾਂ ਇਹਨਾਂ ਤਾਂ ਸ਼੍ਰਿਆ ਲੰਕਾ ਫ੍ਰॉम ਡੈਸ਼ ਇਹਨੇ ਜੁਆਇਨ ਕੀਤਾ ਹੈ ਬਲੈਕ ਸਵਾਨ ਨੂੰ ਤੇ ਇੰਡੀਆ ਦੀ ਪਹਿਲੀ ਕੇ ਪੌਪ ਸਟਾਰ ਬਣ ਚੁੱਕੀ ਹੈ ਕੇ ਪੌਪ ਯਾਨੀ ਕਿ ਕੋਰੀਅਨ ਪੌਪ ਸਟਾਰ ਬਣ ਚੁੱਕੀ ਹੈ ਤਾਂ ਕਿੱਥੋਂ ਬਿਲੋਂਗ ਕਰਦੀ ਹੈ ਗੁਜਰਾਤ Odisha ਮੱਧ ਪ੍ਰਦੇਸ਼ ਕਰਨਾਟਕਾ ਗੁਜਰਾਤ Odisha ਮੱਧ ਪ੍ਰਦੇਸ਼ ਕਰਨਾਟਕਾ गुजरात ओडिशा, मध्य प्रदेश या फिर कर्नाटका है, चलो फॉर अ चेंज आंसर ठीक है शुभम बत्रा साहब बत्रा साहब ने गलत करता ध्यान हटा लिया आंसर ओडिशा हो जाता आंसर ध्यान रखना श्रेया लंका कोरियन पॉप ब्लैक स्वान ज्वाइन किया बैंड अगला फर्स्ट भारत गौरव ਟੂਰਿਸਟ ਟ੍ਰੇਨ ਹੈ ਜਿਹੜੀ ਜਿਹੜੀ ਰਮਾਇਣ ਦੇ ਨਾਲ ਜਿਹੜੀ ਪਲੇਸਿਸ ਰਿਲੇਟਡ ਨੇ ਉਹਨਾਂ ਨੂੰ ਜੁਆਇਨ ਕਰੂਗੀ ਤਾਂ ਰਮਾਇਣਾ ਸਰਕਟ ਹੈ ਭਾਰਤ ਵਿੱਚ ਤੇ ਕਿੱਥੇ ਜਾ ਰਹੀ ਹੈ ਇਹ ਸ਼ਫਦਰਜੰਗ ਰੇਲਵੇ ਸਟੇਸ਼ਨ ਤੋਂ ਕਿਹੜੀ ਕੰਟਰੀ ਤੱਕ ਜਾ ਰਹੀ ਹੈ ਭਟਾਨ ਬੰਗਲਾਦੇਸ਼ ਨੇਪਾਲ ਮਿਆਂਮਾਰ ਤਾਂ ਭਾਰਤ ਅਤੇ ਡੈਸ਼ ਵਿੱਚ ਰਮਾਇਣ ਸਰਕਟ ਨਾਲ ਜੁੜੇ ਸਥਾਨਾਂ ਨੂੰ ਜੋੜਨ ਵਾਲੀ ਪਹਿਲੀ ਭਾਰਤ ਗੌਰਵ ਟੂਰਿਸਟ ਰੇਲ ਨੂੰ ਨਵੀਂ ਦਿੱਲੀ ਦੇ ਸਫਦਰ ਜੰਗ ਰੇਲਵੇ ਸਟੇਸ਼ਨ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਕਿੱਥੇ? ਬੰਗਲਾਦੇਸ਼ ਨੇਪਾਲ ਮਿਆਂਮਰ ਤਾਂ ਅਮਨ ਚੋਹਾਨ ਬਹੁਤ ਵਧੀਆ ਆਨਸਰ ਹੋ ਜਾਂਦਾ ਹੈ ਤੁਹਾਡਾ ਸਭ ਤੋਂ ਪਹਿਲਾਂ ਦਿੱਤਾ ਅਮਨ ਚੋਹਾਨ ਨੇ ਆਨਸਰ ਹੋ ਜਾਂਦਾ ਹੈ ਕਿ ਨੇਪਾਲ ਠੀਕ ਹੈ ਨੇਪਾਲ ਹੋ ਜਾਂਦਾ ਹੈ ਆਨਸਰ ਚਲੋ ਵਾਈਵਾ ਟੈਕ 2020 ਕਰਕੇ ਕਾਨਫਰੰਸ ਸੀਗੀ ਤਾਂ ਜੀ ਯੂਰਪ ਵਿੱਚ ਬਹੁਤ ਹੀ ਵੱਡੀ ਕਾਨਫਰੰਸ ਹੁੰਦੀ ਹੈ ਇਹ ਇਹਦੇ ਵਿੱਚ ਇੰਡੀਆ ਨੂੰ ਰਿਕੋਗਨਾਈਜ਼ ਕੀਤਾ ਗਿਆ ਇਸ ਕੰਟਰੀ ਆਫ ਦਾ ਈਅਰ ਹੁਣ ਇਹ ਹੋਈ ਕਿੱਥੇ ਯੂਰਪ ਵਿੱਚ ਹੋਈ ਬਹੁਤ ਵਧੀਆ ਗੱਲ ਹੈ ਯੂਰਪ ਵਿੱਚ ਕਿੱਥੇ ਹੋਈ ਪੈਰਿਸ ਫਰਾਂਸ ਬਰਸਲਸ ਬੈਲਜੀਅਮ ਸਟ੍ਰੈਸਬਰਗ ਫਰਾਂਸ ਜਨੀਵਾ ਸਵਿਟਜ਼ਰਲੈਂਡ ਕਿੱਥੇ ਹੋਈ ਬਹੁਤ ਬੇਸਿਕ ਜੇ ਬਹੁਤ ਇੰਪੋਰਟੈਂਟ ਇੰਪੋਰਟੈਂਟ ਸਵਾਲ ਹੈ ਤੁਸੀਂ ਆਪਣੇ ਆਪ ਦੇਖ ਰਹੇ ਹੋ ਨੇ ਕਿੰਨੇ ਵਧੀਆ ਸਵਾਲ ਹੈ ਇਹ हाँ जी की होजूगा आंसर इसका बिल्कुल गलत ब्रसल्स क्यों कर रहे हो यार पेरिस यार पेरिस पेरिस इज द आंसर यार पेरिस फ्रांस द आंसर ए ना करो चलो <coughs> ਜੰਮੂ ਕਸ਼ਮੀਰ ਨੇ ਹੋಸ್ಟ್ ਕੀਤੀ ਹੈ ਜੀ 20 ਮੀਟਿੰਗ 2023 ਵਿੱਚ ਜੰਮੂ ਕਸ਼ਮੀਰ ਹੋਸਟ ਕਰਨ ਜਾ ਰਿਹਾ ਹੈ ਸ਼ਾਇਦ ਕਰੂਗਾ ਇਹਦੇ ਉੱਤੇ ਬਵਾਲ ਖੜਾ ਹੋ ਗਿਆ ਕਿਉਂਕਿ ਜੰਮੂ ਕਸ਼ਮੀਰ ਹੈ ਤਾਂ ਪਾਕਿਸਤਾਨ ਵੀ ਰੌਣ ਲੱਗਾ ਕਿ ਨਹੀਂ ਜੀ ਉਹ ਤੋਂ ਡਿਸਪਿਊਟਿਡ ਟਰੇਟਰੀ ਹੈ ਐਸੇ ਨਹੀਂ ਕਰ ਸਕਤੇ ਇਹ ਨਹੀਂ ਕਰ ਸਕਤੇ ਉਹ ਨਹੀਂ ਕਰ ਸਕਤੇ ਤਾਂ ਕਿਹੜੀ ਕੰਟਰੀ ਹੋਸਟ ਕਰ ਰਹੀ ਹੈ ਤਾਂ ਇੱਕ ਦਾ ਆਇਆ ਹੈ ਕਿਹੜੀ ਕੰਟਰੀ ਹੋਸਟ ਕਰ ਰਹੀ ਹੈ 2024 ਵਿੱਚ 2022 ਵਿੱਚ ਕਰ ਰਹੀ ਹੈ ਇండోਨੇਸ਼ੀਆ 2023 ਵਿੱਚ ਕਰ ਰਹੀ ਹੈ ਇੰਡੀਆ ਤੇ 2024 ਵਿੱਚ ਕਰ ਰਹੀ ਹੈ ਕੌਣ ਬ੍ਰਾਜ਼ੀਲ ਇਹ ਕਿਨੇ ਲਿਖਿਆ ਕਿ ਹੈਡ ਕਨਸਟੇਬਲ ਵੀ ਕੈਨਸਲ ਹੋ ਗਿਆ ਹਾਂਜੀ ਹਮ ਨੂੰ ਪਸ ਕਿ ਅੱਜ ਨੀਤਾ ਕਾ ਨੋਟੀਫਿਕੇਸ਼ਨ ਨਿਕਲਣੀ ਹੈ ਤਾਂ ਓਬਵੀਅਸ ਜੀ ਗੱਲ ਹੈ ਪੇਪਰ ਤਾਂ ਕੈਨਸਲ ਹੋਊਗਾ ਬਟ ਹੁਣ ਵਧੀਆ ਗੱਲ ਪਤਾ ਕੀ ਆ ਰਹੀ ਹੈ ਮੇਰਾ ਫਰੈਂਡ ਹੈ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਪਤਾ ਤੁਸੀਂ ਤੁਹਾਨੂੰ ਪਤਾ ਕਿ ਨਹੀਂ ਮੈਂ ਹਮੇਸ਼ਾ ਕੁਝ ਅਪਡੇਟ ਹੁੰਦੀ ਹੈ ਉਹ ਮੈਨੂੰ ਪਹਿਲਾਂ ਦੇ ਦੇਂਦਾ ਹੁੰਦਾ ਕੁਝ ਕੁ ਦੇਖੋ ਗੱਲਾਂ ਆ ਜਾਂਦੀਆਂ ਨੇ ਤਾਂ ਹੈੱਡਕੁਆਰਟਰ ਲੱਗਿਆ ਹੋਇਆ ਪੁਲਿਸ ਵਾਲਿਆਂ ਤੇ ਪਤਾ ਨਹੀਂ ਕਿੱਥੇ ਆ ਉਹ ਜਿੱਥੇ ਵੀ ਤਾਂ ਸ਼ਾਇਦ ਜਿਹੜੀ ਸਰਕਾਰ ਨੇ ਜਿੰਨੀ ਵੀ ਵੈਕੈਂਸੀ ਹੈ ਜਿੰਨੀ ਵੈਕੈਂਸੀ ਜਿਹੜੀ ਔਨ ਹੋਲਡ ਹੈ ਕਿੰਨੀ ਵੈਕੈਂਸੀ ਕਿਹੜੀ ਕਿਹੜੀ ਔਨ ਹੋਲਡ ਹੈ ਸਬ ਇਨਸਪੈਕਟਰ ਦੀ ਟੈਕਨੀਕਲ ਸਪੋਰਟ ਸਰਵਿਸਿਜ਼ ਕਾਰਡਰ ਦੀ ਤੇ ਹੈੱਡ ਕਾਂਸਟੇਬਲ ਦੀ ਇਹ ਜਿਹੜੀ ਵੈਕੈਂਸੀ ਹੈ ਅਰਾਊਂਡ ਅਰਾਊਂਡ 6000 ਦੇ ਅਰਾਊਂਡ ਅਰਾਊਂਡ ਵੈਕੈਂਸੀ ਹੈ ਅਰਾਊਂਡ ਅਰਾਊਂਡ ਹੈ ਨਾ ਕਿੰਨੀਆਂ ਅਰਾਊਂਡ ਅਰਾਊਂਡ 6000 ਦੇ ਵੈਕੈਂਸੀ ਹੈ ਤਾਂ ਕਹਿੰਦੇ ਵੀ ਮੋਸਟ ਪ੍ਰੋਬੇਬਲੀ ਮੋਸਟ ਪ੍ਰੋਬੇਬਲੀ ਇਹਦੇ ਜਿਹੜੀ ਫਾਰਮ ਨੇ ਦੁਬਾਰੇ ਤੋਂ ਖੁੱਲਣਗੇ ਤੇ ਪੁਰਾਣੇ ਵਾਲੇ ਨੇ ਤਾਂ ਆਬਵੀਅਸਲੀ ਭਰੇ ਰਹਿਣਗੇ ਤਾਂ ਨਵੇਂ ਵੀ ਭਰ ਸਕਦੇ ਨੇ ਤਾਂ ਜੀ ਬਹੁਤ ਹੀ ਵੱਡੀ ਓਪਰਚੁਨਿਟੀ ਹੋਊਗੀ ਲੇਕਿਨ ਬਹੁਤ ਵੱਡਾ ਮੈਂ ਲਿਖ ਰਿਹਾ ਚੀਜ਼ ਕੋਈ ਮੈਨੂੰ ਇਹ ਨਾ ਕਹੇ ਸਰ ਆਪਨੇ ਤਾਂ ਐਸੇ ਬੋਲਾ ਥਾ ਮੈਂ ਪਹਿਲੇ ਹੀ ਕਲੀਅਰ ਕਰ ਦੂੰ ਮੈਨੇ ਇਹ ਵੱਡਾ ਵੱਡਾ ਵਰਡ ਵੀ ਲਗਾ ਦਿਆ ਹੈ ਕਿਉਂਕਿ ਯਾਰ ਅਟਕਲਾਂ ਜੀ ਕੀ ਹੁੰਦੀਆਂ ਨੇ اٹکلا ایک ਤਾਂ ਉਹ ਹੈ ماں ਸਰਕਾਰ ਨੇ ਇਹੀ ਕਿਹਾ ਕਿ 6000 ویکینسی ਆ ਰਹੀ ਹੈ پولیس ਦੀ ਜੇ ਆ ਚੁੱਕੀ ਹੁੰਦੀ ਫਿਰ ਉਹ ਤਾਂ ਐਟ ਲੀਸਟ ਕਾਊਂਟ ਨਾ ਕਰਦੇ ਤਾਂ ਮੋਸਟ ਪ੍ਰੋਬਬਲੀ ਨਵੀਆਂ ਆ ਰਹੀਆਂ ਵੈਕੈਂਸੀ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਓਪਰਚ्युनिटी ਆਜੂਗੀ ਜੇ ਇਦਾਂ ਹੋ ਜਾਂਦਾ ਠੀਕ ਹੈ ਚਲੋ ਮੋਸਟ ਪ੍ਰੋਬਬਲੀ ਦੁਬਾਰੇ ਤੋਂ ਮੈਨੂੰ ਕੋਈ ਗੜਾ ਨਾ ਕੱਢੇ ਚਲੋ ਅਗਲਾ ਸਵਾਲ ਕਿਹੜੀ ਕੰਟਰੀ ਨੇ ਰਿਵਾਈਜ਼ ਕੀਤਾ ਆਪਣਾ ਮਿਨੀਮਮ ਏਜ ਫਾਰ ਮਾਈਗ੍ਰੈਂਟ ਡੋਮੈਸਟਿਕ ਵਰਕਰਸ ਟੂ 21 ইয়ারਸ ਕਹਿੰਦੇ ਵੀ ਜਿਹੜੇ ਜਿਹੜੇ ਹਾਊਸ ਹੈਲਪ ਹੁੰਦੇ ਨੇ ਡੋਮੈਸਟਿਕ ਵਰਕਰ ਹੁੰਦੇ ਨੇ ਤਾਂ ਜੀ ਉਹ ਕੰਟਰੀ ਤੋਂ ਬਾਹਰ ਜਾਂਦੇ ਨੇ ਤਾਂ ਮਿਨੀਮਮ ਏਜ ਕਿੰਨੀ ਕਰਤੀ ਵੀ ਤੁਸੀਂ 21 ਸਾਲ ਤੱਕ ਦੇ ਮਿਨੀਮਮ 21 ਸਾਲ ਹੋ ਤਾਂ ਤੁਸੀਂ ਬਾਹਰ ਜਾ ਸਕਦੇ ਹੋ 몰ਦੀਵ শ্রীলঙ্কা ਮਿਆਂਮਾਰ ਬੰਗਲਾਦੇਸ਼ ਸੰਦੀਪ ਸਿੱਧੂ ਸ਼ਰਮਾ ਪੰਜਾਬ ਮਹਾਪੈ ਖਰੀਦੇ ਸੀ ਪਰ ਮੈਨੂੰ ਲਾਇਬ੍ਰੇਰੀਅਨ ਦਾ ਕੋਈ ਨੋਟਿਸ ਨਹੀਂ ਮਿਲੇ ਨੋਟਿਸ ਨਹੀਂ ਮਿਲੇ ਮਤਲਬ ਯਾਰ मैं समझा नहीं संदीप नोटिस मतलब यार भाई चलो हाँ बिल्कुल ठीक हो जाता है आंसर बहुत ही बेसिक है किसी ने प्लीज मॉल डि हाई होए करता किसी ने तो श्रीलंका इज द करेक्ट आंसर श्रीलंका हो जाता है बिल्कुल करेक्ट आंसर ठीक है श्रीलंका हो जाता है करेक्ट आंसर श्रीलंका इज द करेक्ट आंसर चलो ਅਗੇ ਹਿਊਜ ਟ੍ਰਿੰਗਰੇ ਬ੍ਰੇਕਸ ਦਾ ਰਿਕਾਰਡ ਫਾਰ ਦਾ ਬਿਗੇਸਟ ਫਰੈਸ਼ ਵਾਟਰ ਫਿਸ਼ਿਕ ਬਹੁਤ ਹੀ ਵੱਡੀ ਟ੍ਰਿੰਗਰੇ ਮਿਲੀ ਹੈ ਇੱਕ ਮੱਛੀ ਹੁੰਦੀ ਹੈ ਤਾਂ ਜੀ ਉਹ ਸਭ ਤੋਂ ਵੱਡੀ ਮੱਛੀ ਮਿਲ ਚੁੱਕੀ ਹੈ ਕਿਹੜੇ ਆਇਲੈਂਡ ਤੇ ਮਿਲੀ ਹੈ ਉਹ ਲਾਓਸ ਕੰਬੋਡੀਆ ਵੀਅਤਨਾਮ ਜਾਂ ਫਿਰ ਮਿਆਮਾਰ ਲਾਓਸ ਕੰਬੋਡੀਆ ਵੀਅਤਨਾਮ ਜਾਂ ਫਿਰ ਮਿਆਮਾਰ ਦੇਖੋ ਇੱਕ ਹੋਰ ਗੱਲ ਕਹਾਂਗਾ ਦੇਖੋ ਕੋਈ ਮੈਨੂੰ ਕਹਿੰਦੇ ਨੇ ਦੇਖੋ ਹੁਣ ਪੇਪਰ ਕੈਂਸਲ ਹੋ ਗਿਆ ਹੁੰਦਾ ਨਾ ਕਿ ਯਾਰ ਸਾਨੂੰ ਪਤਾ ਇਹ ਚੀਜ਼ ਹੋਗੀ 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 ਲੇਕਿਨ ਜਦੋਂ ਹੋ ਜਾਂਦੀ ਹੈ ਸਾਨੂੰ ਦੁੱਖ ਬਹੁਤ ਲੱਗਦਾ ਵੀ ਮੈਂ ਪੜਿਆ ਨਹੀਂ ਪੇਪਰ ਲਈ ਮੈਨੂੰ ਪਤਾ ਮੇਰਾ ਪੇਪਰ ਪਾਸ ਨਹੀਂ ਹੋਗਾ ਫਿਰ ਵੀ ਹੁੰਦਾ ਨਾ ਇੱਕ ਛੋਟੀ ਜੀ ਛੋਟੀ ਜੀ ਹੋਪ ਹੁੰਦੀ ਹੈ ਮਤਲਬ ਆਪਾਂ ਸੋਚੋ ਜੇ ਹੈਨਾ ਛੋਟੀ ਜੀ ਹੋਪ ਹੁੰਦੀ ਹੈ ਕਿ ਨਹੀਂ ਸਾਨੂੰ ਯਾਰ ਕੀ ਕੀ ਪਤਾ ਯਾਰ ਕਾਸ਼ ਪੇਪਰ ਹੈਨਾ ਨਿਕਲਦੇ ਮੈਂ ਪੜਾਈ ਮੈਂ ਕਿਤੇ ਨਹੀਂ ਮੈਨੂੰ ਪਤਾ ਠੀਕ ਹੈ ਮੈਂ ਵੀ ਪਹਿਲਾਂ ਬਹੁਤ ਕਰਦਾ ਵੀ ਪੇਪਰ ਨੂੰ ਮਹੀਨਾ ਰਹਿ ਗਿਆ ਤੇ ਉਦੋਂ ਤੱਕ ਮੈਂ ਪੜਾਈ ਸ਼ੁਰੂ ਨਹੀਂ ਕਰਨੀ ਜਦੋਂ ਤੱਕ ਐਡਮਿਟ ਕਾਰਡ ਨਹੀਂ ਆਇਆ ਹੈਨਾ ਜਦੋਂ ਤੱਕ ਡੇਟ ਨਹੀਂ ਆਈ ਤਾਂ ਮਹੀਨਾ ਰਹਿ ਜਾਂਦਾ ਮਹੀਨੇ ਵਿੱਚ ਤਿਆਰੀ ਤਾਂ ਹੁੰਦੀ ਨਹੀਂ ਤੇ ਮਹੀਨੇ ਵਿੱਚ ਬਹਿ ਕੇ ਹੁੰਦੇ ਨਾ ਬੈਠਾ ਮੈਂ ਪੜ ਲਿਆ ਜਿੰਨਾ ਹੋ ਗਿਆ ਤੇ ਪੇਪਰ ਦੇ ਕੇ ਆਇਆ ਤੇ 100 ਵਿੱਚੋਂ ਅਟੈਂਪਟ ਕਰਕੇ ਆ ਮੈਂ 48 ਸਵਾਲ ਤੇ ਮੈਨੂੰ ਪਤਾ ਪਿਛਲੇ ਸਾਲ ਦੀ ਕਟ-ਆਫ ਜਦੋਂ 52 ਗਈ ਸੀ ਮੈਂ ਪਹਿਲਾਂ ਸਭ ਤੋਂ ਪ ਕਿਹੜਾ ਦਿੱਤਾ ਸਭ ਤੋਂ ਪਹਿਲਾ ਪਹਿਲਾ ਪੇਪਰ ਦਿੱਤਾ ਸੀ ਮੈਂ ਐਸ ਬੀ ਆਈ ਪੀਓ ਤਾਂ ਦਿੱਤਾ ਸੀ ਉਸ ਟਾਈਮ ਮੈਂ ਫਾਈਨਲ ইয়ার ਸੀਗਾ ਕਾਲਜ ਨਾ ਤਾਂ ਉਦੋਂ ਦਿੱਤਾ ਮੈਂ ਤਾਂ ਮੈਨੂੰ ਪਤਾ ਤਾਂ ਇੱਕ ਥਾਂ ਹਿਮਾਚਲ ਵਿੱਚ ਨਾ ਕਾਲਾੰਬ ਕਰਕੇ ਉੱਥੇ ਸੀਗਾ ਪੇਪਰ ਤੇ ਮੈਂ ਸੀਗਾ ਚੰਡੀਗੜ੍ਹ ਤਾਂ ਹਿਮਾਚਲ ਵਿੱਚ ਆ ਗਿਆ ਸੈਂਟਰ ਤਾਂ ਮੈਂ ਕਹਾਂ ਜਾਣਾ ਤਾਂ ਹੈ ਹੁਣ ਮੈਂ ਕਹਾਂ ਹੁਣ ਕਿੱਦਾਂ ਚਾਹੀਏ ਤਾਂ ਮੈਂ ਫੜੀ ਬੱਸ ਜੂਨ ਦਾ ਮਹੀਨਾ ਗਰਮੀ ਬਹੁਤ ਬਹੁਤ ਤੇਜ਼ ਗਰਮੀ ਤੇ ਮੈਂ ਗਿਆ ਤਿਆਰੀ ਸੀ ਕੱਚੀ ਪੱਕੀ ਦੀ ਹਾਂ ਠੀਕ ਐ ਮੈਂ ਕੀਤੀ ਹੋਈ ਸੀ ਤੇ ਪੂਰੀ ਗਰਮੀ ਵਿੱਚ ਗਿਆ ਮੈਂ ਪੂਰਾ ਓਹੋ ਹੋ ਪਸੀਨਾ ਪਸੀਨ ਹੁੰਦੇ ਹੋਏ ਉੱਥੇ ਜਾ ਕੇ ਪੇਪਰ ਦਿੱਤਾ ਇੰਨੀ ਗਰਮੀ ਮੈਂ ਕਿਹਾ ਮੇਰਾ ਦਿਮਾਗ ਹੀ ਗਰਮੀ ਵੱਲ ਨੂੰ ਹੋ ਗਿਆ ਫਿਰ ਉਹ ਵੀ ਗੱਲ ਬਹਾਨਾ ਹੋ ਜਾਂਦਾ ਪ تیاری ਮੇਰੀ ਉਨੀ ਸੀ ਨਹੀਂ ਫਿਰ ਜਦੋਂ ਕਰਦੇ ਕਹਿੰਦੇ ਕਿ ਪੇਪਰ ਮੈਂ ਖਾ ਜੀ ਗਰਮੀ ਬਹੁਤ ਲੱਗ ਰਹੀ ਸੀ ਤਾਂ ਹੁੰਦਾ ਹੀ ਹੈ ਗਰਮੀ ਸੀਗਾ ਦੇਖੋ ਰੀਜ਼ਨ ਗਰਮੀ ਵਾਸ 1 ਆਫ ਦਾ ਰੀਜ਼ਨ ਠੀਕ ਹੈ ਕਿਉਂਕਿ ਦਿਮਾਗ ਫਿਰ ਜਾਂਦਾ ਤਾਂ ਹੀ ਕਹਿੰਦੇ ਨੇ ਵੀ ਜੇ ਕਿਤੇ ਜਾਣਾ ਹੈ ਪੇਪਰ ਦੇਣ ਜਾ ਰਹੇ ਹੋ ਕਰਦੇ ਜੇ ਕਹਿੰਦੇ ਨਾ ਵੀ ਇੱਕ ਦਿਨ ਪਹਿਲਾਂ ਚੱਲ ਜਾਓ 2-3 ਘੰਟੇ ਪਹਿਲਾਂ ਪਹੁੰਚ ਜਾਓ ਤਾਂ ਜੋ ਤੁਸੀਂ ਇੱਕ ਵਾਰ ਉੱਥੇ ਜਾ ਕੇ ਸੈਟਲ ਹੋ ਜਾਓ ਕਿ ਮੈਨੂੰ ਪਤਾ ਹੈ ਤੁਹਾਨੂੰ ਹੁਣ ਕਿਸੇ ਅਣਜਾਣ ਥਾਂ ਤੇ ਜਾਓਗੇ ਥੋੜਾ ਮੰਨ ਲਓ ਕੁਛ ਪੇਪਰ ਉਪਰ ਚੰਡੀਗੜ੍ਹ ਹੈ ਤੁਸੀਂ ਮੂੰਹ ਚੱਕ ਕੇ ਨਾ ਉਸੇ 1 ਰਿਕਸ਼ਾ ਨਹੀਂ ਮਿਲ ਰਿਹਾ ਬੱਸ ਨਹੀਂ ਮਿਲ ਰਹੀ ਟ੍ਰੇਨ ਨਹੀਂ ਮਿਲ ਰਹੀ ਜੋ ਕੁਝ ਵੀ ਤਾਂ ਹੀ ਕਹਿੰਦੇ ਨੇ ਕਿ ਇੱਕ ਦਿਨ ਪਹਿਲਾਂ ਜਾਇਆ ਕਰੋ ਸਕਰੀਨ ਬੰਦ ਹੋ ਜੋ ਹੈ ਨਾ ਤਾਂ ਨਹੀਂ ਹੁੰਦੀ ਸਾਈਡ ਤੇ ਖੜਾ ਮੈਂ ਬਟਨ ਤੇ ਤਾਂ ਤਾਂ ਹੀ ਕਹਿੰਦੇ ਨੇ ਇੱਕ ਦਿਨ ਪਹਿਲਾਂ ਜਾਓ ਤਾਂ ਫਿਰ ਹੁੰਦਾ ਕੀ ਹੈ ਪੇਪਰ ਦੀ ਤਿਆਰੀ ਮੈਂ ਕੀਤੀ ਨਹੀਂ ਆਨਸਰ ਇਹਦਾ ਵੈਸੇ ਕੰਬੋਡਿਆ ਹੈ ਠੀਕ ਹੈ ਆਨਸਰ ਇਹਦਾ ਕੰਬੋਡਿਆ ਹੈ ਵੈਸੇ ਪੇਪਰ ਦੀ ਤਿਆਰੀ ਹੋਈ ਨਹੀਂ ਉਹ ਨਹੀਂ ਤੇ ਫਿਰ ਵੀ ਸਾਡੇ ਨਾਲ ਦਮਨ ਵਿੱਚ ਹੁੰਦਾ ਛੋਟੀ ਜੀ ਹਾਪ ਹੁੰਦੀ ਹੈ ਕਿ ਕੀ ਪਤਾ ਕੀ ਪਤਾ ਹੋ ਜਾਏ ਕੀ ਪਤਾ ਨਿਕਲ ਦੇ ਕੀ ਪਤਾ ਨਿਕਲ ਦੇ ਪਤਾ ਮੈਨੂੰ ਨਹੀਂ ਨਿਕਲੂਗਾ ਪੇਪਰ ਤੇ ਫਿਰ ਜਦੋਂ ਰਿਜ਼ਲਟ ਆਉਂਦਾ ਫਿਰ ਹੁੰਦਾ ਸ਼ਕਿਆ ਇਹ ਤਾਂ ਤਾਂ ਕਹਿੰਦੇ ਰਿਜ਼ਲਟ ਆਉਂਦਾ ਹੀ ਨਾ ਹੈ ਨਾ ਹੁੰਦਾ ਹੈ ਕਿ ਨਹੀਂ ਇਹ ਰਿਜ਼ਲਟ ਵਾਲੀ ਗੱਲ ਵੀ ਨਹੀਂ ਵੈਸੇ ਵੀ ਹੁੰਦਾ ਕਿ ਯਾਰ ਇੱਕ ਚੀਜ਼ ਹੈ ਮੈਨੂੰ ਪਤਾ ਹੀ ਹੋਊਗੀ ਹੋਊਗੀ ਬਟ ਜਦੋਂ ਤੱਕ ਅਫੀਸ਼ੀਅਲ ਨਾ ਹੋਵੇ ਜਾਂ ਫਿਰ ਜਦੋਂ ਤੱਕ ਉਹ ਚੀਜ਼ ਨਾ ਹੋਵੇ ਉਹ ਬਹੁਤ ਵਧੀਆ ਲੱਗਦਾ ਹੈ ਨਾ ਕਿ ਯਾਰ ਕਾਸ਼ ਨਾ ਹੋਵੇ ਕਾਸ਼ ਨਾ ਹੋਵੇ ਉਦਾਂ ਹੀ ਇਹ ਆਲਾ ਜਿੱਦਾਂ ਅੱਜ ਸਰਕਾਰ ਨੇ ਕੱਟਦਾ ਪੰਜਾਬ ਪੁਲਿਸ ਨੇ ਕਿ ਹੈਡ ਕਨਸਟੇਬਲ ਦਾ ਪੇਪਰ ਕੈਨਸਲ ਹੋ ਗਿਆ ਤਾਂ ਯਾਰ ਮਨਜਤਾ ਸਭ ਨੂੰ ਪਤਾ ਸੀ ਕੈਨਸਲ ਹੋਊਗਾ ਹੁਣ ਯਾਰ ਸਤੰਬਰ ਦਾ ਪੇਪਰ ਹੋਇਆ ਵ ਅਕਤੂਬਰ ਨਵੰਬਰ ਦਸੰਬਰ ਸੱਤਵਾਂ ਮਹੀਨਾ 10 ਮਹੀਨੇ ਹੋ ਚੁੱਕੇ ਨੇ ਹੁਣ ਤੱਕ ਹੈਨਾ ਹੁਣ ਤੱਕ ਆਇਆ ਨਹੀਂ ਸਾਰਿਆਂ ਨੂੰ ਪਤਾ ਜੀ ਕੈਨਸਲ ਹੋਊਗਾ ਬਟ ਜਦੋਂ ਕੈਨਸਲ ਆ ਗਿਆ ਨਾ ਤਾਂ ਥੋੜੀ ਜੀ ਡੀਮੋਟੀਵੇਟ ਤਾਂ ਹੁੰਦੇ ਯਾਰ ਹਰ ਕੋਈ ਹੁੰਦਾ ਤਾਂ ਇਹ ਜੀ ਬਸ ਮੋਡੀ ਮੋਟੀਵੇਸ਼ਨ ਹੈ ਨਾ ਜੇ ਤੁਸੀਂ ਜ਼ਿਆਦਾ ਚਾਹਦੇ ਹੋ ਅੱਜ ਦਾ ਦਿਨ ਕਲਾਸ ਨਾਲ ਲਾਓ ਭਾਵੇਂ ਮਤਲਬ ਨਾ ਪੜੋ ਚਿੱਲ ਕਰੋ ਜਾ ਕੇ ਸੋ ਕੇ ਆਓ ਕੋਈ ਚੱਕਰ ਨਹੀਂ ਘੁੰਮ ਕੇ ਆਓ ਲੇਕਿਨ ਸਿਰਫ ਇੱਕ ਦਿਨ ਅੱਜ ਪੂਰਾ ਦਿਨ ਲੈ ਲਓ ਆਪਣੇ ਲਈ ਆਪਣੇ ਦਿਨ ਕੁਝ ਜੋ ਖਾਣਾ ਖਾਓ ਮੋਮੋਸ ਖਾਓ ਫਰਾਈਡ ਮੋਮੋਸ ਖਾਓ ਫਰਾਈਡ ਮੋਮੋਸ ਨੂੰ ਗਰੇਵੀ ਵਿੱਚ ਕਰਕੇ ਖਾਓ ਦੋ ਦੋ ਵਾਰ ਤੜਕੇ ਖਾਓ ਮੋਮੋਸ ਨੂੰ ਜੋ ਖਾਣਾ ਖਾਓ ਅੱਜ ਜਾ ਕੇ ਮਤਲਬ ਐਸੇ ਕਹਿ ਰਿਹਾ ਚਿੱਲ ਕਰਨਾ ਚਾਹਦਾ ਕਰੇ ਚਿੱਲ ਬਟ ਅੱਜ ਦਾ ਦਿਨ ਹੀ ਚਿੱਲ ਕਰੇ ਤੇ ਅੱਜ ਦਾ ਦਿਨ ਨਾ ਪੂਰਾ ਉਹ ਕਰ ਲੈ ਵੀ ਸੋਚ ਲੈ ਆਪਣਾ ਯਾਰ ਕਿ ਮੈਂ ਅੱਗੇ ਅਗਲੇ 2-3 ਮਹੀਨੇ ਨੇ ਮੈਂ ਕੀ ਕਰਨਾ ਮੈਂ ਮੈਂ ਕੀ ਕੁਝ ਕਰੂੰ ਮੈਂ ਕੀ ਕੱਲ ਮੈਂ ਪੜ੍ਹਨਾ ਹੈ ਪਰਸੋਂ ਮੈਂ ਪੜ੍ਹਨਾ ਹੈ ਮੈਂ ਕਿੱਦਾਂ ਅੱਗੇ ਚੱਲਣਾ ਹੈ ਮੇਰੀ ਰੀਜ਼ਨਿੰਗ ਵੀਕ ਹੈ ਮੇਰੀ ਮੈਥ ਵੀਕ ਹੈ ਮੇਰੀ ਇੰਗਲਿਸ਼ ਵੀਕ ਹੈ ਉਹ ਵਾਲੀ ਕਿਤਾਬ ਤੋਂ ਮੈਂ ਪੜ੍ਹਨਾ ਹੈ ਮੇਰੀ ਜੀਕੇ ਵੀਕ ਹੈ ਮੇਰੇ ਜਨਵਰੀ ਦੇ ਕਰੰਟ ਅਫੇਅਰ ਰਹਿੰਦੇ ਨੇ ਮੈਂ ਦਸੰਬਰ ਦੇ ਕਰੰਟ ਅਫੇਅਰ ਕਰਨੇ ਨੇ ਮੈਸੀਲੋਜੀਜ਼ਮ ਹੈ ਉਹਦੀ ਵੀਡੀਓ ਦੇਖਣੀ ਹੈ ਚਾਰਪਾਰ ਰਹਿੰਦੇ ਨੇ ਮੈਂ ਟਾਈਮ ਐਂਡ ਡਿਸਟੈਂਸ ਦੇਖਣੇ ਨੇ ਮੈਂ ਟਾਈਮ ਐਂਡ ਡਿਸਟੈਂਸ ਦੇ ਸ਼ਾਰਟਕਟ ਯਾਦ ਕਰਨੇ ਨੇ ਤਾਂ ਉਹ ਚੀਜ਼ਾਂ ਨਾ ਇੱਕ ਵਾਰਨ ਅੱਜ ਦਾ ਦਿਨ ਲੈ ਲਓ ਤੇ ਅੱਜ ਦਾ ਦਿਨ ਬੈ ਕੇ ਨਾ ਰਾਮ ਨਾਲ ਸੋਚ ਲਓ ਇੱਕ ਵਾਰ ਕੀ ਕੀ ਕਰਨਾ ਹੈ ਬਟ ਅੱਜ ਦਾ ਦਿ ਤੇ ਹਫਤੇ ਨੂੰ ਇੱਕ ਦਿਨ ਇਹੋ ਜਿਹਾ ਆਪਣੇ ਆਪ ਨੂੰ ਦਿਆ ਕਰੋ ਸੰਡੇ ਨਾ ਸੰਡੇ ਮੈਨੂੰ ਤੁਹਾਡਾ ਮਰਜੀ ਹੈ ਤੁਹਾਡੀ ਮਰਜੀ ਜਿਹੜਾ ਵੀ ਦਿਨ ਇੱਕ ਦਿਨ ਦਿਆ ਕਰੋ ਆਪਣੇ ਆਪ ਨੂੰ ਬਸ ਕਿਤਾਬ ਸਾਈਡ ਤੇ ਉਹ ਦਿਨ ਕੁਝ ਨਹੀਂ ਕਰਨਾ ਇੱਕ ਦਿਨ ਆਪਣੇ ਆਪ ਨੂੰ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਯਾਰ ਪੜ ਪੜ ਕੰਮਲੇ ਥੋੜੀ ਹੋ ਜਾਣਾ ਯਾਰ ਜ਼ਿੰਦਗੀ ਵੀ ਹੈ ਹੁਣ ਤੁਹਾਨੂੰ ਮੈਂ ਵੀ ਕਈ ਵਾਰ ਕਹਿੰਦਾ ਯਾਰ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਬਟ ਫਿਰ ਉਹ ਇਹ ਲਾਈਫ ਵੀ ਜੀਣੀ ਆ ਤਾਂ ਹੈ ਨਹੀਂ ਯਾਰ ਕਤਾਬਾਂ ਵਿੱਚ ਹੀ ਬੜੇ ਰਹਿਣਾ ਹੈ ਨਾ ਬਾਕੀ ਜੋ ਦੁਨੀਆਂ ਵਿੱਚ ਚੱਲ ਰਿਹਾ ਸਾਧੂ ਸੰਤ ਤਾਂ ਹੈ ਨਹੀਂ ਵੀ ਸਾਨੂੰ ਫਰਕ ਨਹੀਂ ਪੈਂਦਾ ਸਾਨੂੰ ਮੋਕਸ਼ ਦੀ ਪ੍ਰਾਪਤੀ ਹੋਗੀ ਜੇ ਮੋਕਸ਼ ਦੀ ਪ੍ਰਾਪਤੀ ਹੁੰਦੀ ਤਾਂ ਅਸੀਂ ਪੇਪਰ ਦੀ ਘਾਟੋਕਟ ਤਿਆਰੀ ਤਾਂ ਨਾ ਕਰਦੇ ਹੁੰਦੇ ਹੈ ਨਾ ਮੈਂ ਨਹੀਂ ਖਾਂਦਾ ਮੋਮੋਸ ਮੈਂ ਤਾਂ ਐਗਜ਼ਾਮਪਲ ਦੇ ਰਿਹਾ ਤਾਂ ਉਹ ਹੀ ਹੈ ਇੱਕ ਦਿਨ ਲਓ ਆਪਣੇ ਲਈ ਬਟ ਇੱਕ ਦਿਨ ਹੀ ਲਓ ਤੇ ਉਹ ਤੋਂ ਬਾਅਦ ਅਗਲੇ 6 ਦਿਨ ਨਾ ਆਪਣਾ ਪਲਾਨ ਬਣਾ ਲਓ ਇੱਕ ਹੋਰ ਚੀਜ਼ ਪਤਾ ਜਿਹੜੀ ਵੀ ਤੁਸੀਂ ਚੀਜ਼ ਕਰਨੀ ਹੈ ਨਾ ਉਹਨੂੰ ਨੋਟ ਡਾਉਨ ਕਰੋ ਬਹੁਤ ਫਾਇਦਾ ਹੁੰਦਾ ਇਹ ਥੋੜਾ ਆਊਟ ਆਫ ਕੰਟੈਕਸਟ ਜਾ ਰਿਹਾ ਕੋਈ ਗੱਲ ਨਹੀਂ ਥੋੜਾ ਜਿਹਾ ਆਊਟ ਆਫ ਕੰਟੈਕਸਟ ਜਾ ਰਿਹਾ ਬਟ ਜਿਹੜੀ ਵੀ ਚੀਜ਼ ਕਰਨੀ ਹੈ ਉਹਨਾਂ ਨੂੰ ਨੋਟ ਡਾਉਨ ਕਰ ਲਓ ਕਿ ਮੈਂ ਸਿਲੋਜੀਜ਼ਮ ਕਰਨਾ ਤੇ ਲਿਖੋ ਠੀਕ ਹੈ ਫਰਕ ਜਿਆਦਾ ਕੁਝ ਨਹੀਂ ਪਊਗਾ ਲਿਖੋ ਵੀ ਜਿੱਦਾਂ ਆਪਣੀ ਗੱਲ ਕਰਾਂ ਮੈਂ ਨਾ ਐਗਜ਼ਾਮਪਲ ਵੀ ਮੈਂ ਨਾ ਸਿਲੋਜੀਜ਼ਮ ਨਹੀਂ ਆਉਂਦੇ ਇੱਕ ਚੀਜ਼ ਮੈਂ ਸਿਲੋਜੀਜ਼ਮ ਕਰਨੀ ਹੈ ਇਹ ਮੈਂ ਲਿਖਦਾ ਇੱਥੇ ਨੰਬਰ 1 ਠੀਕ ਹੈ ਨੰਬਰ 2 ਚੀਜ਼ ਲਿਖੀ ਮੈਂ ਮੈਨੂੰ ਜਨਵਰੀ करंट अफेयर करने ने नंबर थ्री मैं अज उन्नीस सौ नौ तो लैके उन्नीस सौ उन्नी तक का मैं मॉडर्न हिस्टरी पढ़नी है ठीक है उन्नीस सौ नौ तो लैके उन्नीस सौ तक की मैं मॉडर्न हिस्टरी पढ़नी है ਕਿਸੇ ਵੀ YouTube ਵੀਡੀਓ ਦੇਖੋ ਮੈਂ 4 ਤੋਂ 5 ਵੀਡੀਓ ਵਿੱਚ ਤੁਹਾਡਾ ਖਤਮ ਹੋ ਜਾਂਦਾ ਸਿਲੋਜੀਜ਼ਮ ਜਨਵਰੀ 2022 ਦੇ ਕਰੰਟ ਅਫੇਅਰ ਲਾ ਲਓ ਦੋ ਵੀਡੀਓਜ਼ ਚ ਤੇ ਇਹ ਸਾਰਾ ਜੋਰ ਲਾ ਕੇ ਲਾ ਲਓ ਤੁਸੀਂ ਕਿਤਾਬ ਹੈ ਜੇ ਤੁਹਾਡੇ ਕੋਲ ਫੇਰ ਵੀ ਇਹ ਤਿੰਨ ਚੀਜ਼ਾਂ ਤੁਹਾਡੀ ਇੱਕ ਦਿਨ ਵਿੱਚ ਹੋਣ ਵਾਲੀਆਂ ਇਹ ਤਿੰਨ ਚੀਜ਼ਾਂ ਤੁਹਾਡੇ ਇੱਕ ਦਿਨ ਵਿੱਚ ਹੋਣ ਵਾਲੀਆਂ ਵਨ ਡੇ ਤੇ ਪਤਾ ਕਰਨਾ ਕਿ ਸਿਲੋਜੀਜ਼ਮ ਜਦੋਂ ਹੋ ਗਿਆ ਟਿਕ ਜਰੂਰ ਮਾਰਨਾ ਹੈ ਇਹ ਮੇਰੀ ਗੱਲ ਸਮਝੋ ਟਿਕ ਜਰੂਰ ਮਾਰਨਾ ਹੈ ਕੱਟਣਾ ਐ ਕਰ ਐ ਕੱਟਣਾ ਹੈ ਕਿਤਾਬ ਵਿੱਚ ਲਿਖਣਾ ਬਕਾਇਦਾ ਤੇ ਕੱਟਣਾ ਫਿਰ ਜਨਵਰੀ 2022 ਦੇ ਕਰੰਟ ਅਫੇਅਰ ਇੱਕ ਵਾਰ ਪੜ੍ਹ ਲਏ ਇਹਨੂੰ ਐ ਸਿੰਗਲ ਟਿਕ ਮਾਰਿਆ ਫਿਰ ਰਿਵਾਈਜ਼ ਕਰਨ ਤੋਂ ਬਾਅਦ ਕੱਟਣਾ ਹੈ ਫਿਰ ਇਹਨੂੰ ਵੀ ਇੱਕ ਸਿੰਗਲ ਟਿਕ ਮਾਰਿਆ ਪੜਿਆ ਤੇ ਫਿਰ ਵੀ ਰਿਵਾਈਜ਼ ਕਰਨ ਤੋਂ ਬਾਅਦ ਕੱਟਣਾ ਹੈ ਪਤਾ ਛੋਟੀ ਛੋਟੀ ਜਿਹੀ ਚੀਜ਼ਾਂ ਫਰਕ ਬਹੁਤ ਪੈਂਦੀਆਂ ਯਾਰ ਬਹੁਤ ਜ਼ਿਆਦਾ ਫਰਕ ਪੈਂਦੀਆਂ ਇਹ ਮਤਲਬ ਆਪਣੇ ਆਪ ਨੂੰ ਮੋਟੀਵੇਸ਼ਨ ਮਿਲਦੀ ਤੇ ਆਪਣੇ ਆਪ ਨੂੰ ਤੁਸੀਂ ਹਲਾ ਰਹੇ ਨਹੀਂ ਦੋਗੇ ਆਪਣੇ ਆਪ ਨੂੰ ਸ਼ਾਬਾਸ਼ ਨਹੀਂ ਦੇਵੋਗੇ ਤਾਂ ਦੂਜਿਆਂ ਨੂੰ ਤਾਂ ਯਾਰ ਵੈਸੇ ਹੀ ਦੇਣ ਨੂੰ ਦੁਨੀਆ ਫਿਰਦੀ ਹੈ ਇਹ ਮੇਰੀ ਨੋਟ ਕਰਕੇ ਦੇਖੋ ਛੋਟੀ ਜਿਹੀ ਨਾ ਜਿਹੜੇ ਛੋਟੀ ਛੋਟੀ ਕਹਿੰਦੇ ਨੇ ਲੋਕ ਕਿ ਛੋਟੇ ਛੋਟੇ ਖੁਸ਼ੀਆਂ ਮੈਟਰ ਕਰਦੀਆਂ ਨੇ ਇਦਾਂ ਹੀ ਛੋਟੇ 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 ਕਰਕੇ ਤੁਸੀਂ ਟੌਪਿਕ ਬਣਾਓ ਹੁਣ ਅਜਿਹਾ ਲੌਜੀਜ਼ਮ ਹੋ ਗਿਆ ਕੱਲ ਮੰਨ ਲਓ ਤੁਸੀਂ ਕਰਨਾ ਕਿ ਮੈਂ ਕਰਨਾ ਹੈ ਕੱਲ ਜੀ ਡਿਸਟੈਂਸ ਐਂਡ ਡਾਇਰੈਕਸ਼ਨ ਕਰਨਾ ਮੈਨੂੰ ਉਹ ਨਹੀਂ ਆਉਂਦਾ ਠੀਕ ਹੈ ਡਿਸਟੈਂਸ ਐਂਡ ਡਾਇਰੈਕਸ਼ਨ ਨਹੀਂ ਆਉਂਦਾ ਕੱਲ ਮੈਂ ਜੀ ਫ फेब्रुवारी 2022 ਦੇ ਕਰੰਟ ਅਫੇਅਰ ਨਿਬੜ ਦੇਣੇ ਠੀਕ ਹੈ ਫ फेब्रुवारी 2022 ਦੇ ਕਰੰਟ ਅਫੇਅਰ ਨਿਬੜ ਦੇਣੇ ਹੁਣ ਮੈਂ 1919 ਤੋਂ ਲੈ ਕੇ ਜਿਹੜੀ ਗਵਰਨਮੈਂਟ ਆਫ ਇੰਡੀਆ ਐਕਟ 1935 ਆਈ ਸੀ ਉਦੋਂ ਤੱਕ ਕਰ ਲੈਣਾ ਇਹ ਸਾਰਾ ਵੀ ਵਨ ਡੇ ਵਰਕ ਹੈ ਤੇ ਇਹਨੂੰ ਵੀ ਇੱਕ ਵਾਰ ਪੜਿਆ ਰਿਵਾਈਜ਼ ਕਰਟ ਪੜਿਆ ਰਿਵਾਈਜ਼ ਕਰਟ ਪੜਿਆ ਤੇ ਰਿਵਾਈਜ਼ ਕਰਟ ਮੈਂ ਤੋ ਲਿਖ ਕੇ ਲੈ ਲਓ ਬਹੁਤ ਵਧੀਆ ਲੱਗੂਗਾ ਆਪਣੇ ਆਪ ਨੂੰ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਕਿ ਯਾਰ ਹਾਂ ਯਾਰ ਕੁਝ ਕਰ ਰਹੇ ਹਾਂ ਮੈਂ ਮਤਲਬ ਤੁਹਾਨੂੰ ਹਾਸਾ ਆ ਰਹਾ ਹੋਗਾ ਤੁਹਾਨੂੰ ਲੱਗਾ ਕਿ ਯਾਰ ਮਾਟਰ ਪੜਾ ਕੇ ਚੱਲਦਾ ਬਣ ਯਾਰ ਕੀ ਹੈ ਦਿਮਾਗ ਖਰਾਬ ਕਰੀ ਜਾਂਦੇ ਮੋਟੀਵੇਸ਼ਨ ਹਾਉ ਹੈਗੀ ਬਹੁਤ ਮੋਟੀਵੇਸ਼ਨ ਬਟ ਇਹ ਚੀਜ਼ਾਂ ਨਾ ਬਹੁਤ ਮੈਟਰ ਕਰਦੀਆਂ ਕਿਉਂਕਿ ਯਾਰ ਹੁਣ ਆਪ ਦੇਖੋ ਕੋਈ ਬੰਦਾ ਜਿਮ ਜਾ ਰਿਹਾ ਇੱਕ ਦਿਨ ਵਿੱਚ ਉਹਦੀ ਬਾਡੀ ਨਹੀਂ ਬਣੂਗੀ ਕਿ ਉਹ ਅੱਜ ਜਾ ਕੇ 2 ਘੰਟਾ ਜਿਮ ਕਰਕੇ ਅਗਰ ਸਾਰਾ ਦਿਨ ਉਹਨੇ ਵਧੀਆ ਖਾਦਾ ਠੀਕ ਹੈ ਪ੍ਰੋਟੀਨ ਉਹਨੇ ਲੈ ਲਿਆ ਜੀ 150 ਗ੍ਰਾਮ ਪ੍ਰੋਟੀਨ ਲੈ ਲਿਆ ਕਾਰਬੋਹਾਈਡਰੇਟ ਉਹਨੇ 2200 ਗ੍ਰਾਮ ਲੈ ਲੇ ਫੈਟ ਉਹਨੇ 100 ਗ੍ਰਾਮ ਲਿਆ ਬਿਲਕੁਲ ਹੀ ਵਧੀਆ ਬੈਲੈਂਸ ਡਾਈਟ ਤੇ 40 ਗ੍ਰਾਮ ਉਹਨੇ ਫਾਈਬਰ ਵੀ ਲੈ ਲਿਆ ਪਾਣੀ ਉਹਨੇ 5 ਲੀਟਰ ਪੀ ਕੇ ਰੱਖਿਆ ਹੈ ਨਾ ਵੇ ਪ੍ਰੋਟੀਨ ਵੀ ਪੀਆ ਉਹਨੇ ਕਰੀਟੀਨ ਵੀ ਲੈ ਲਿਆ ਗਲੂਟਾਮਿਨ ਵੀ ਲੈ ਲਿਆ ਉਹਨੇ ਠੀਕ ਹੈ ਬੀਸੀਏ ਤਾਂ ਲੈ ਹੀ ਰਿਹਾ ਸੀ ਉਹ ਇੱਕ ਦਿਨ ਵਿੱਚ ਪੀ ਕੇ ਕਦੇ ਨਹੀਂ ਕੁਝ ਹੋਊਗਾ ਇੱਕ ਦਿਨ ਵਿੱਚ ਖਾ ਕੇ ਕੁਝ ਨਹੀਂ ਹੋਊਗਾ ਤੇ ਜਿਹੜਾ ਜਿਮ ਵਾਲਾ ਬੰਦਾ ਹੈ ਮੰਨ ਲਓ ਸਾਰਾ ਦਿਨ ਉਹ ਚੀਜ਼ 버ਗਰ ਖਾ ਰਿਹਾ ਹੈ ਤਲੀ ਹੋਈ ਚੀਜ਼ਾਂ ਖਾ ਰਿਹਾ ਹੈ ਡੀਪ ਤੋਂ ਵੀ ਡੀਪ ਫਰਾਈਡ ਚੀਜ਼ਾਂ ਖਾ ਰਿਹਾ ਇੱਕ ਦਿਨ ਵਿੱਚ ਉਹ ਬੋਡੀ ਉਹਦੀ ਖਰਾਬ ਨਹੀਂ ਹੋਊਗੀ ਉਦਾਂ ਹੀ ਇਹ ਸਾਰੇ ਨਾ ਛੋਟੇ ਛੋਟੇ ਉਹ ਬਣਾ ਕੀ ਯਾਰ ਇਹ ਕਰਨਾ ਅੱਜ ਮੈਂ ਕੱਲ ਇਹ ਕਰਨਾ ਇਹ ਕਰਨਾ ਟਾਪਿਕ ਲਿਖ ਲੋ ਕਿੰਨੇ ਟਾਪਿਕ ਹੋਣੇ ਕਿੰਨੇ ਹੀ ਟਾਪਿਕ ਹੋਣਗੇ ਆਪਣੇ ਆਪ ਸੋਚੋ ਕਿੰਨੇ ਟਾਪਿਕ ਹੋਣਗੇ ਰੀਡਿੰਗ ਵਿੱਚ 30 ਟਾਪਿਕ ਹੋਣਗੇ ਜੋਰ ਲਾ ਕੇ ਮੈਥ ਵਿੱਚ 30 ਟਾਪਿਕ ਤਾਂ ਹੈ ਨਹੀਂ 15 ਚੈਪਟਰ ਨੇ ਦੋ ਦੋ ਦਿਨ ਦੇ ਦਿਓ ਇਹਨਾਂ ਨੂੰ ਠੀਕ ਹੈ 15 ਚੈਪਟਰ ਨੇ ਦੋ ਦੋ ਦਿਨ ਦੇ ਦਿਓ ਇੰਗਲਿਸ਼ ਵਿੱਚ ਕਿੰਨੇ ਪਿੰਗਲਿਸ਼ ਵਿੱਚ 15 ਤੋਂ 20 ਟਾਪਿਕ ਨੇ ਐਦਾਂ ਕਰਕੇ ਨਾ 15 ਦਿਨ ਦਾ ਅੱਜ ਆਪਣਾ ਟਾਈਮ ਟੇਬਲ ਬਣਾਓ ਬੈਠ ਕੇ ਠੀਕ ਹੈ ਅੱਜ ਹਾਂ ਮੈਨੂੰ ਪਤਾ ਸੀ ਕਰਦਾ ਹੋਊਗਾ ਸਰ ਕਿੱਥੇ ਚਲੇ ਗਏ ਕਿੱਥੇ ਬਸ ਉਹੀ ਗੱਲ ਯਾਰ ਸੁਣਨਾ ਤਾਂ ਚਾਹਦਾ ਨਹੀਂ ਕੰਮ ਦੀ ਗੱਲ ਕੋਈ ਹੈਨਾ ਬ ਬਹੁਤ ਵਧੀਆ ਤਾਂ 15 15 ਦਿਨ ਦਾ ਆਪਣਾ ਟਾਈਮ ਟੇਬਲ ਬਣਾ ਕੇ ਦੇਖੋ ਆਪਣੇ ਆਪ ਆਊਗਾ 15 ਦਿਨ ਬਾਅਦ ਆਪਾਂ ਸੇਮ ਗੱਲ ਕਰਾਂਗੇ ਫਿਰ ਦੱਸੋ ਮੈਨੂੰ ਫਰਕ ਪਿਆ ਕਿ ਨਹੀਂ ਚਲੋ ਮਤਲਬ ਕੰਮ ਦੀ ਗੱਲ ਤਾਂ ਕਹਿੰਦੇ ਆਪਾਂ ਸੁਣਨੀ ਨਹੀਂ ਸਰ ਕੁਐਸਚਨ ਕਰਾ ਲਓ ਚਲੋ ਕੁਐਸਚਨ ਕਰ ਲਓ ਯਾਰ ਤੂੰ ਇਹਦਾ ਆਨਸਰ ਸੀ ਕੰਬੋਡੀਆ ਠੀਕ ਹੈ ਕੰਬੋਡੀਆ ਵਾਸਦਾ கரੈਕਟ ਆਨਸਰ ਅਗਲਾ ਸਕਾਲਸੰਗ ਰਿਜਨ ਇਹ ਬਣ ਚੁੱਕਾ ਹੈ ਪਹਿਲਾ ਇੰਡੀਅਨ ਮਾਉਂਟੇਨਰ ਜਿਹਨੇ ਮਾਉਂਟ ਅਨਪੂਰਨਾ ਦੀ ਚੜਾਈ ਕੀਤੀ ਕਿੱਥੇ ਹੈ ਮਾਉਂਟ ਅਨਪੂਰਨਾ ਨੇਪਾਲ ਵਿੱਚ ਕਿੱਥੋਂ ਬਿਲੋਂਗ ਕਰਦਾ ਹੈ ਜੰਮੂ ਲਦਾਖ ਹਿਮਾਚਲ ਜਾਂ ਫਿਰ ਉੱਤਰਾਖੰਡ ਜੰਮੂ ਲਦਾਖ ਉਸ ਹਿਮਾਚਲ ਜਾਂ ਫਿਰ ਉੱਤਰਾਖੰਡ ਉਹ ਹਰਦੀਪ ਮਾਲਵਾ ਕੰਟਰੋਲ ਯਾਰ ਅੰਤਰੇ ਦਾ ਬਹੁਤ ਹੀ ਬੇਸਿਕਲ ਅਦਾਖ ਹੋ ਜਾਂਦਾ ਬਹੁਤ ਸੌਖਾ ਸਵਾਲ ਕਰ ਚੁੱਕੇ ਆਪਾਂ ਇੱਕ ਵਾਰ ਸਾਰੇ ਸਵਾਲ ਇਹ ਚਲੋ ਫਾਰਮਰ ਆਸਟ੍ਰੇਲੀਆ ਕ੍ਰਿਕਟਰ ਲੀਜ਼ਾ ਸਥਾਲੇਕਰ ਬਣ ਚੁੱਕੀ ਹੈ ਪਹਿਲੀ ਫੀਮੇਲ ਪ੍ਰੈਜ਼ੀਡੈਂਟ ਕੁੜੀ ਪ੍ਰੈਜ਼ੀਡੈਂਟ ਬਣ ਚੁੱਕੀ ਹੈ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕਟ ਐਸੋਸੀਏਸ਼ਨ ਦੀ ਇੱਕ 스포츠 ਇੰਟਰਨੈਸ਼ਨਲ ਪਲੇਅਰਸ ਦੀ ਐਸੋਸੀਏਸ਼ਨ ਹੈ ਮੰਨ ਲਓ ਮੰਨ ਲਓ ਕਿ ਪਲੇਅਰਸ ਦਾ ਯੂਨੀਅਨ ਠੀਕ ਹੈ ਜਿੱਦਾਂ ਟਰੱਕ ਯੂਨੀਅਨ ਹੁੰਦਾ ਨਾ ਉਦਾਂ ਹੀ ਪਲੇਅਰਾਂ ਦਾ ਆਪਣਾ ਯੂਨੀਅਨ ਹੈ ਉਹਦੀ ਯੂਨੀਅਨ ਦੀ ਪ੍ਰਧਾਨ ਬਣ ਚੁੱਕੀ ਹੈ ਕੌਣ ਲੀਜ਼ਾ ਸਥਾਲੇਕਰ ਇਹ ਜਿਹੜਾ ਯੂਨੀਅਨ ਹੈ ਯੂਨੀਅਨ ਕਦੋਂ ਫਾਊਂਡ ਹੋਇਆ ਸੀ 94 96 98 ਜਾਂ ਫਿਰ 2000 ਵਿੱਚ ਏ ਯੂਨੀਅਨ ਦੀ ਸਥਾਪਨਾ ਕਦ ਹੋਈ ਸੀ 94 96 98 ਜਾਂ ਫਿਰ 2000 ਆਨਸਰ ਇਹਦਾ ਹੋ ਜਾਂਦਾ ਹੈ ਜੀ 1998 ਵਿੱਚ ਹੋਈ ਸੀ ਇਹਦੀ ਲੀਦਾ ਥਾਲੇਕਰ ਕਿੱਥੋਂ ਆਸਟ੍ਰੇਲੀਆ ਤੋਂ ਚਲੋ ਪ੍ਰਾਈਮ ਮਿਨਿਸਟਰ ਨੇ ਯੋਗਾ ਅਵਾਰਡ ਦਿੱਤੇ 2022 ਦੇ ਫਾਰ ਆਟਸਟੈਂਡਿੰਗ ਕੰਟਰੀਬਿਊਸ਼ਨ ਦੋ ਬੰਦਿਆਂ ਨੂੰ ਮਿਲੇ ਨੇ ਤੇ ਦੋ ਆਰਗੇਨਾਈਜੇਸ਼ਨਸ ਨੂੰ ਮਿਲੇ ਨੇ ਉਹਨਾਂ ਵਿੱਚ ਇੱਕ ਬੰਦਾ ਜਿਹਦਾ ਨਾਮ ਹੈ ਮਾਰਕਸ ਵਿਨੀਸ਼ੀਅਸ ਰੋਜੋ ਰੋਡ੍ਰਿਗਵੇਸ ਮਾਰਕਸ ਵਿਨੀਸ਼ੀਅਸ ਰੋਜੋ ਰੋਡ੍ਰਿਗਵੇਸ ਇਹ ਕਿੱਥੋਂ ਬਿਲੋਂਗ ਕਰਦਾ ਹੈ ਮਲੇਸ਼ੀਆ ਬ੍ਰਾਜ਼ੀਲ ਅਰਜਨਟੀਨਾ ਜਾਂ ਫਿਰ ਕਲੰਬੀਆ ਮਲੇਸ਼ੀਆ ਬ੍ਰਾਜ਼ੀਲ ਅਰਜਨਟੀਨਾ ਜਾਂ ਫਿਰ ਕਲੰਬੀਆ ਕਿੱਥੋਂ ਬਿਲੋਂਗ ਕਰਦਾ ਹੈ ਤਾ ਅੰਤਰੇ ਦਾ ਹੋ ਜਾਂਦਾ ਕਿੱਥੋਂ ਬਿਲੋਂਗ ਕਰਦਾ ਬ੍ਰਾਜ਼ੀਲ ਤੋਂ ਹੁਣ ਇਹ ਤੋਂ ਮੈਂ ਐਗਜ਼ਾਮਪਲ ਦਵਾ ਜੇ ਮੈਨੂੰ ਕਿੱਦਾਂ ਯਾਦ ਰਿਹਾ ਮਾਰਕਸ ਦਾ ਨਾਂ ਕਿ ਇਹ ਬ੍ਰਾਜ਼ੀਲ ਤੋਂ ਹੈ ਤਾ ਐਨ ਡੀਬੀ ਹੈ ਜਿਹੜਾ ਨਿਊ ਡਿਵੈਲਪਮੈਂਟ ਬੈਂਕ ਬ੍ਰਿਕਸ ਹੈ ਜਿਹੜਾ ਬ੍ਰਿਕਸ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਉਹਨਾਂ ਨੇ ਇੱਕ ਬੈਂਕ ਖੋਲਿਆ ਜਿਹਦਾ ਨਾਂ ਹੈ ਨਿਊ ਡਿਵੈਲਪਮੈਂਟ ਬੈਂਕ ਤਾ ਨਿਊ ਡਿਵੈਲਪਮੈਂਟ ਬੈਂਕ ਦਾ ਜਿਹੜਾ ਪ੍ਰਧਾਨ ਹੈ ਕੌਣ ਹੈ ਉਹਦਾ ਪ੍ਰਧਾਨ ਮਾਰਕ ਪਰਾਡੋ ਤਰਾਇਜੋ ਮਾਰਕੋਸ ਪਰਾਡੋ ਤਰਾਇਜੋ ਉਹਦਾ ਨਾਮ ਵੀ ਮਾਰਕੋਸ ਇਹਦਾ ਨਾਮ ਮਾਰਕਸ ਠੀਕ ਹੈ ਮਾਰਕੋਸ ਪਰਾਡੋ ਤਰਾਇਜੋ ਉਹ ਵੀ ਬ੍ਰਾਜ਼ੀਲ ਤੋਂ ਤੇ ਮਾਰਕਸ ਵਿਨੀਸ਼ੀਅਸ ਰੋਜੋ ਇਹ ਵੀ ਬ੍ਰਾਜ਼ੀਲ ਤੋਂ ਦੇਖੋ ਤਰਾਇਜੋ ਰੋਜੋ ਤਰਾਇਜੋ ਰੋਇਜੋ ਮਾਰਕਸ ਮਾਰਕਸ ਤਾਂ ਧਿਆਨ ਰੱਖਿਆ ਹੋਇਆ ਕਿ ਇਹਨੂੰ ਮਿਲਿਆ ਇਸ ਵਾਰੀ ਬ੍ਰਾਜ਼ੀਲ ਵਾਲੇ ਨੂੰ ਯੋਗਾ ਵਾਰਡ ਇਦਾਂ ਯਾਦ ਰੱਖ ਸਕਦੇ ਹੋ ਰੈਪਿਡ ਫਾਇਰ ਮੈਂ ਕਿਹਾ ਹੈ ਮੈਂ ਕਿਹਾ ਰਿਪੀਟਿਡ ਨੇ ਸਵਾਲ ਮੈਂ ਥੋੜੇ ਦੇਖ ਰਹੇ ਨੇ ਅਨਸਰ ਤਾਂ ਸਾਡੇ ਕੋਲ ਫੇਰ ਵੀ ਨਹੀਂ ਆ ਰਹੇ ਚੱਜਦੇ ਤੁਸੀਂ 88 90 100 ਸੀਗੇ ਹੁਣ ਪਤਾ ਲੱਗਦਾ ਵੀ ਅਨਸਰ ਜਿਨ੍ਹਾਂ ਨੇ ਪਤਾ ਹਾਰਡ ਮੈਂਟੈਲਿਟੀ ਕੀ ਰਹਿੰਦੀ ਆ ਹੁਣ ਮੈਂ ਜੇ ਤੁਹਾਡੇ ਕੋਲੋਂ ਸਿੰਪਲ ਸਿੰਪਲ ਸਵਾਲ ਪੁੱਛੂ ਨਾ ਇੰਡੀਆ ਦੀ ਕੈਪੀਟਲ ਦੱਸੋ ਦਿੱਲੀ ਇਹ ਬੱਚਾ ਇੱਥੇ 189 ਤੋਂ ਨਾ 89 ਤੋਂ 189 ਹੋ ਜਾਊਗਾ ਕਿਉਂ ਕਿ ਸਾਡੀ ਮੈਂਟੈਲਿਟੀ ਹੈ ਕਿ ਯਾਰ ਸਾਨੂੰ ਜਿਹੜੀ ਮਤਲਬ ਹੁੰਦਾ ਹੀ ਹੈ ਹੁਣ ਮੈਂ ਮੰਨ ਲਓ ਚੰਡੀਗੜ੍ਹ ਤੋਂ ਤਾਂ ਮੈਨੂੰ ਕੋਈ ਕੇਰਲਾ ਵਿੱਚ ਜਾ ਕੇ ਕੋ ਬੋਲੇ ਯਾਰ ਕੋਈ ਕੱਲ ਵੈਸੇ ਸਾਡੀ ਵਹੀ ਗੱਲ ਹੋ ਰਹੀ ਸੀ ਕਿ ਬੱਚੇ ਪਤਾ ਨਹੀਂ ਅੱਜਕੱਲ ਕੀ ਕਰ ਰਹੇ ਨੇ ਵੀ ਉਹਨਾਂ ਨੂੰ ਜਿਹੜੀ ਚੀਜ਼ ਆਂਦੀ ਹੈ ਜੇ ਉਹਨਾਂ ਤੋਂ ਉਹ ਪੁੱਛਿਓ ਬੜੇ ਖੁਸ਼ ਹੁੰਦੇ ਨੇ ਯਾਰ ਹੈਨਾ 2+2 ਬਤਾਓ ਯਸ 2+2 ਸ਼ਾਬਾਸ਼ 2+2 2+2 ਬਹੁਤ ਬੜੀਆ 2+2 4 ਬਹੁਤ ਬੜੀਆ ਬਹੁਤ ਬੜੀਆ ਇਹ ਤਾਂ ਆਪਾਂ ਖੁਸ਼ ਹੋ ਰਹੇ ਹਾਂ ਕਿਉਂ ਇਹ ਪੇਪਰ 'ਚ ਨਹੀਂ ਆਊਗਾ ਤੇ ਜੇ ਤੁਹਾਡੇ ਤੋਂ ਪੁੱਛ ਲਿਆ ਮੈਂ 2+2 2 2 ਫਿਰ ਛੋਟਾ ਛੋਟਾ ਸੋਚਣਾ ਪੈ ਰਿਹਾ ਠੀਕ ਹੈ ਬੋਡਮਾਸ ਨਹੀਂ ਪਤਾ ਕਈਆਂ ਨੂੰ ਬੋਰਡ 'ਚ ਹੁੰਦਾ ਨਾ ਕਿ ਪਹਿਲਾਂ ਬ੍ਰੈਕਟ ਆਫ ਡਿਵਾਈਡ ਮਲਟੀਪਲਾਈ ਐਡੀਸ਼ਨ ਸਬਟ੍ਰੈਕਸ਼ਨ ਤਾਂ ਉਹ ਕਰਦੇ ਨਹੀਂ ਹੁੰਦੇ 2+2 ਸ਼ਾਬਾਸ਼ ਸ਼ਾਬਾਸ਼ ਕਮ ਆਨ 2+2 ਤਾਂ 4 ਕਰ ਦੋਂਗੇ ਜੇ ਮੈਂ 2+2 2 2 ਕਰਤਾ ਤਾਂ ਕੀ ਹੈ ਬੋਰਡ 'ਚ ਤਾਂ ਪਤਾ ਨਹੀਂ ਮੈਨੂੰ ਕਿ ਇਦਾਂ ਕਰਨਾ ਤਾਂ ਇਹ ਥੋੜਾ ਜਨਾ ਯਾਰ ਸਮਝਿਆ ਕਰੋ ਮਰਜੀ ਬਾਕੀ ਆਓ ਚਲੋ ਟਾਟਾ ਸਕਾਈ ਹੋ ਜਾਂਦਾ ਆਨਸਰ ਇਹ ਤਾਂ ਮੈਂ ਕਿਉਂ ਇਤਨਾ ਦਿਮਾਗ ਲਗਾ ਰਹਾ ਹਾਂ ਚਲੋ ਮਿਨਿਸਟਰੀ ਆਫ ਡਿਫੈਂਸ ਨੇ ਅਪਰੂਵ ਕੀਤਾ ਕਹਿੰਦੇ ਜੀ ਬਰੋ ਕਾਫੇ ਸਟੈਬਲਿਸ਼ ਹੋਣਗੇ 75 ਬਾਰਡਰ ਰੋਡਸ ਤੇ ਇਨ 12 ਜ਼ਿਲ੍ਹਾ ਚ 12 ਸਟੇਟਸ ਜਾਂ ਫਿਰ ਯੂਟੀ ਵਿੱਚ ਤਾਂ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਲੈਫਟ ਜਨਰਲ ਰਜੀਵ ਚੌਧਰੀ ਦੀ ਆਰਗੇਨਾਈਜੇਸ਼ਨ ਜਿਹੜੇ ਡੀਜੀ ਨੇ ਉਹ ਕਹਿੰਦੇ 75 ਬਰੋ ਕਾਫੇਸ ਖੋਲਣ ਜਾ ਰਹੇ ਨੇ ਜਿਹੜੀ ਬਾਰਡਰਸ ਤੇ ਸਟੇਟਸ ਜਾਂ ਫਿਰ ਯੂਟਿਸ ਨੇ ਪੰਜਾਬ ਵਿੱਚ ਕਿੱਥੇ ਆ ਰਿਹਾ ਫਿਰੋਜ਼ਪੁਰ ਪਠਾਨਕੋਟ ਅੰਮ੍ਰਿਤਸਰ ਜਾਂ ਫਿਰ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਅੰਮ੍ਰਿਤਸਰ ਜਾਂ ਫਿਰ ਫਾਜ਼ਿਲਕਾ ਬਹੁਬਦੀ ਆਰ ਫਾਜ਼ਿਲ ਕਾ ਹੋ ਜਾਂਦਾ கரੈਕਟ ਆਨਸਰ ਚਲੋ ਮੋਦੀ ਜੀ ਨੇ ਉਦਘਾਟਨ ਕੀਤਾ ਬੀ ਆਰ ਅੰਬੇਦਕਰ ਸਕੂਲ ਆਫ ਇਕਨੋਮਿਕਸ ਦਾ ਕਿਹੜੇ ਸਟੇਟ ਆ ਫਿਰ ਯੂਟੀ ਵਿੱਚ ਚੰਡੀਗੜ੍ਹ ਨਿਊ ਡੈਲੀ ਕੋਲਕਾਤਾ ਬੈਂਗਲੁਰੂ ਚੰਡੀਗੜ੍ਹ ਨਿਊ ਡੈਲੀ ਕੋਲਕਾਤਾ ਜਾਂ ਫਿਰ ਬੈਂਗਲੁਰੂ ਹਾਂਜੀ ਬਾਰਡਰ ਨਹੀਂ ਆ ਤਾਂ ਅੰਦਰ ਇਹਦਾ ਹੋ ਜਾਂਦਾ ਕਿੱਥੇ ਬੈਂਗਲੁਰੂ ਵਿੱਚ ਠੀਕ ਹੈ ਬੈਂਗਲੌਰ ਵਿੱਚ ਚਲੋ ਚਲੋ ਅਗੇ ਊਮਨ ਸੋਲਜਰਸ ਨੇ ਪਾਰਟਿਸਿਪੇਟ ਕੀਤਾ ਇਨ 4 ਡੇ ਊਮਨ ਪੀਸ ਐਂਡ ਸਿਕਿਉਰਿਟੀ ਸੈਮੀਨਾਰ ਵਿੱਚ ਕਿੱਥੇ ਇਹ ਉੱਥੇ ਹੀ ਹੈ ਜਿੱਥੇ ਇੱਕ ਐਕਸਰਸਾਈਜ਼ ਹੋਈ ਸੀ ਰੀਸੈਂਟਲੀ ਜਿਹਦਾ ਨਾਂ ਸੀ ਖਾਨ ਕੁਐਸਟ ਕਰਕੇ ਖਾਨ ਕੁਐਸਟ 2022 ਕਰਕੇ ਐਕਸਰਸਾਈਜ਼ ਸੀ ਇਹ ਉੱਥੇ ਹੀ ਹੈ ਜਿੱਥੇ ਕਿਰਨ ਰਿਜੂਰੀ ਜੀ ਕਪੀਲ ਵਸਤੂ ਤੋਂ ਗੌਤਮ ਬੁੱਧ ਦੇ ਰੈਲਿਕਸ ਲੈ ਕੇ ਗਈ ਸੀਗੇ ਉਹਨਾਂ ਦਾ ਬੁੱਧ ਪੂਰਨਿਮਾ ਮਨਾਣ ਲਈ ਕਿਹੜੀ ਕੰਟਰੀ ਕਿੱਥੇ ਕਜ਼ਾਕਿਸਤਾਨ ਮੰਗੋਲੀਆ ਕਿਰਗਿਸਤਾਨ ਤੁਰਕਮੈਨਿਸਤਾਨ ਇੱਕ ਵਾਰ ਸੈਸ਼ਨ ਨੂੰ ਯਾਰ ਲਾਈਕ ਕਰ ਦਿਓ ਸਾਰੇ 100 ਲਾਈਕ ਤਾਂ ਕਰ ਸਕਦੇ ਆ ਆਪਾਂ 100 ਬੱਚੇ ਬੈਠੇ ਆ ਆਪਾਂ 100 ਲਾਈਕ ਤਾਂ ਕਰ ਸਕਦੇ ਆ ਐਦਾ ਐਦਾ ਲਾਈਕ ਵਧੀ ਜਾਓ ਵਧੀ ਜਾਓ ਵਧੀ ਜਾਓ ਤਾਂ ਬਿਲਕੁਲ ਠੀਕ ਹੈ ਇੱਕ ਨੇ ਲਿਖਿਆ ਮੰਗਲੀਆ ਤਾਂ ਮੰਗੋਲੀਆ ਹੋ ਜਾਂਦਾ ਬਿਲਕੁਲ ਕਰੈਕਟ ਆਨਸਰ ਚਲੋ ਤਾਂ ਡੈਸ਼ ਬਿਕਮਸ ਦਾ ਲਾਰਜੈਸਟ ਇੰਪੋਰਟਰ ਆਫ ਇੰਡੀਆ ਦੇ ਟੁੱਟੇ ਹੋਏ ਚੌੜ ਤਾਂ ਜੀ ਪਹਿਲਾਂ ਅਫਰੀਕਾ ਹੁੰਦਾ ਸੀ ਕਿ ਅਫਰੀਕਾ ਦੀ ਕੁਝ ਕੰਟਰੀਆਂ ਇੰਡੀਆ ਦੇ ਟੁੱਟੇ ਹੋਏ ਚੌੜ ਦੀ ਬਹੁਤ ਸ਼ਕੀਨ ਸੀਗੀਆਂ ਬਟ ਉਹਨਾਂ ਤੋਂ ਵੀ ਜ਼ਿਆਦਾ ਸਾਡੇ ਕੋਈ ਟੁੱਟੇ ਹੋਏ ਚੌੜ ਲੈਣ ਲੱਗੇ ਕੌਣ ਮੰਗੋਲੀਆ ਸੁਡਾਨ ਚਾਈਨਾ ਮਿਆਂਮਾਰ ਮੰਗੋਲੀਆ ਸੁਡਾਨ ਚਾਈਨਾ ਜਾਂ ਫਿਰ ਮਿਆਂਮਾਰ ਤਾਂ ਆਨਸਰ ਇਹਦਾ ਹੋ ਜਾਂਦਾ ਹੈ ਕਿ ਚਾਈਨਾ ਚਾਈਨਾ ਸਾਡੇ ਟੁੱਟੇ ਹੋਏ ਚੌੜ ਬਹੁਤ ਖਾਣ ਲੱਗ ਗਿਆ ਹਾਂਜੀ ਏਸ਼ੀਆ ਇਜ਼ ਹੋਮ ਟੂ ਦਾ ਮੋਸਟ ਐਕਸਪੈਂਸਿਵ ਸਿਟੀਜ਼ ਕਹਿੰਦੇ ਜੀ ਇਹਨਾਂ ਵਿੱਚੋਂ ਸਭ ਤੋਂ ਐਕਸਪੈਂਸਿਵ ਸ਼ਹਿਰ ਕਿਹੜਾ ਹੈ ਏਸ਼ੀਆ ਕਹਿੰਦੇ ਸਭ ਤੋਂ ਜ਼ਿਆਦਾ ਮਹਿੰਗੇ ਸ਼ਹਿਰ ਨੇ ਜਿਹੜੇ ਉਹ ਇੱਥੇ ਹੀ ਨੇ ਏਸ਼ੀਆ ਵਿੱਚ ਨੇ ਉਹਨਾਂ ਵਿੱਚੋਂ ਸਭ ਤੋਂ ਮਹਿੰਗਾ ਸ਼ਹਿਰ ਕਿਹੜਾ ਹੈ ਹਾਂਗਕਾਂਗ ਤਾਈਪੇਈ ਸ਼ੰਘਾਈ ਲੰਡਨ ਹਾਂਗਕਾਂਗ ਤਾਈਪੇਈ ਸ਼ੰਘਾਈ ਲੰਡਨ ਹਾਂਗਕਾਂਗ ਤਾਈਪੇਈ ਸ਼ੰਘਾਈ ਲੰਡਨ ਦਾ ਅੰਤਰ ਇਹਦਾ ਹੋ ਜਾਂਦਾ ਜੀ ਸ਼ੰਘਾਈ ਚਾਈਨਾ ਵਿੱਚ ਹੈ ਬਿਲਕੁਲ ਠੀਕ ਹੈ ਅਗਲਾ ਸਵਾਲ ਤਾਂ ਜੀ 에어ਪੋਰਟ ਕਿਹੜਾ 에어ਪੋਰਟ ਲਾਂਚ ਕਰ ਰਹਾ ਹੈ ਇੱਕ ਵਰਟੀਕਲ ਐਕਸਿਸ wind turbine and solar pv hybrid system ਇਹ ਦੱਸੋ ਬਹੁਤ ਇੰਪੋਰਟੈਂਟ ਸਵਾਲ ਕਿਹੜੇ 에어ਪੋਰਟ ਤੇ ਹੋ ਰਿਹਾ ਹੈ ਕਹਿੰਦੇ ਜੀ ਇਹ ਕਿਹਾ ਆਪਣਾ solar ਤੇ wind ਇਕੱਠੇ ਦੋਨੇ ਇਕੱਠੇ solar ਤੇ wind ਦੋਨੇ ਇਕੱਠੇ ਦਾ ਆਨਸਰ ਇਹਦਾ ਹੋ ਜਾਂਦਾ ਹੈ ਉਹ ਹੈ ਮੁੰਬਈ ਵਿੱਚ ਮੁੰਬਈ ਵਿੱਚ ਕਿਹੜਾ ছত্রਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에ਅਰਪੋਰਟ ਠੀਕ ਹੈ ਮੁੰਬਈ ਵਿੱਚ ਚਲੋ ਅਗਲਾ ਮੁੰਬਈ ਹੋ ਗਿਆ ਚਲੋ ਧਾਮੀ ਕੌਣ ਪੁਸ਼ਕਰ ਸਿੰਘ ਧਾਮੀ ਜੀ ਨੇ ਓਥ ਲਈ ਐਸ ਐਮ ਐਲ ਏ ਕੌਣ ਨੇ ਹੈ ਕਿੰਪੋਰਟੈਂਟ ਕਿਉਂ ਹੈ ਪਿਛਲੀ ਵਾਰ ਕੋਈ ਪੁੱਛ ਰਿਆ ਸੀ ਕਹਿੰਦੇ ਸਰ ਐਮ ਐਲ ਏ ਦੀ ਓਥ ਲਈ ਏਡੀ ਕਿੱਡੀ ਗੱਲ ਹੋ ਗਈ ਤਾਂ ਇਹ ਮੁੱਖ ਮੰਤਰੀ ਨੇ ਉਹਨਾਂ ਦੇ ਉਹ ਖੜੇ ਹੋਏ ਸੀਗੇ ਇੱਕ ਥਾਂ ਜਿਹਦਾ ਨਾਂ ਖਟੀਮਾ ਖਟੀਮਾ ਤੋਂ ਖੜੇ ਹੋਏ ਸੀਗੇ ਬਟ ਉੱਥੋਂ ਹੋ ਗਈ ਗਈ ਸੀ ਹਾਰ ਉਸ ਤੋਂ ਬਾਅਦ ਜਦੋਂ ਬਾਈਪੋਲ ਇਲੈਕਸ਼ਨ ਹੁੰਦੇ ਨਾ ਜਿੱਦਾਂ ਹੁਣ ਸਿਮਰਨਜੀਤ ਮਾਨ ਜਿੱਤੇ ਸੰਗਰੂਰ ਤੋਂ ਉਦਾਂ ਹੀ ਬਾਈਪੋਲ ਇਲੈਕਸ਼ਨ ਹੋਏ ਸੀ ਕਿਤੇ ਇਹ ਜਿੱਤ ਗਿਆ ਕਿੱਥੋਂ ਚੰਪਾਵਤ ਤੋਂ ਇਹ ਜਿੱਤੇ ਕਿੱਥੋਂ ਚੰਪਾਵਤ ਤੋਂ ਚਲੋ ਰਸ਼ੀਆ ਬਣ ਚੁੱਕਾ ਹੈ ਇੰਡੀਆ ਦਾ ਸੈਕੰਡ ਬਿਗੇਸਟ ਔਇਲ ਵੈਂਡਰ ਆਪਾਂ ਸਭ ਤੋਂ ਜ਼ਿਆਦਾ ਤੇਲ ਦੂਜੇ ਨੰਬਰ ਤੇ ਲੈ ਰਹੇ ਆਂ ਜੀ ਰਸ਼ੀਆ ਤੋਂ ਸਭ ਤੋਂ ਵੱਡਾ ਕੌਣ ਹੈ ਈਰਾਨ ਇਰਾਕ ਸਾਊਦੀ ਅਰਬ ਜਾਂ ਫਿਰ ਓਮਾਨ ਇਹਦੇ ਬਾਰੇ ਵੀ ਗੱਲ ਸੁਣ ਲਓ ਤਾਂ ਜੀ ਸਾਡੇ ਸੁبرਮਣੀਅਮ ਜੈ ਸ਼ੰਕਰ ਜੀ ਗਏ ਹੋਏ ਸੀਗੇ ਅਮਰੀਕਾ ਗਏ ਸੀ ਪਤਾ ਨਹੀਂ ਸ਼ਾਇਦ ਤਾਂ ਉੱਥੇ ਇੱਕ ਨਾ ਰਿਪੋਰਟਰ ਪੁੱਛਦੀ ਕਹਿੰਦੇ ਤੁਹਾਨੂੰ ਤੁਸੀਂ ਮਤਲਬ ਕਹਿੰਦੇ ਰਸ਼ੀਆ ਦੇ ਅਗੇ ਪੂਰੀ ਦੁਨੀਆ ਹੋਈ ਵੀ ਹੈ ਬਟ ਤੁਸੀਂ ਫੇਰ ਵੀ ਕਹਿੰਦੇ ਇੰਨਾ ਤੇਲ ਲੈ ਰਹੇ ਹੋ ਆਪਣਾ ਰਸ਼ੀਆ ਤੋਂ ਇੰਨਾ ਤੇਲ ਲੈ ਰਹੇ ਹੋ ਇਹ ਕੋਈ ਚੰਗੀ ਗੱਲ ਤਾਂ ਨਹੀਂ ਤਾਂ ਮਤਲਬ ਤੁਸੀਂ ਅੱਗੇ ਕਿਦਾਂ ਤੁਸੀਂ ਮਤਲਬ ਕਹਿੰਦੇ ਇੱਕ ਤਰ੍ਹਾਂ ਨਾਲ ਇਹ ਹੋ ਰਿਹਾ ਤੁਸੀਂ ਵਾਰ ਨੂੰ ਫੰਡਿੰਗ ਦੇ ਰਹੇ ਹੋ ਹੁਣ ਤੇਲ ਲਊਂਗੇ ਸੀ ਰਸ਼ੀਆ ਤੋਂ ਤਾਂ ਪੈਸਾ ਤਾਂ ਜਾ ਹੀ ਰਿਹਾ ਤਾਂ ਸੁਪਰਮੰਡੇ ਵਿੱਚ ਜੈਸ਼ੰਕਰ ਜੀ ਨੇ ਬਹੁਤ ਹੀ ਵਧੀਆ ਟਟਕਾ ਆ ਕੇ ਦਿੱਤਾ ਕੁੜੀ ਹੋ ਗਈ ਚੁੱਪ ਕਹਿੰਦੇ ਚਲੋ ਠੀਕ ਹੈ ਮਤਲਬ ਕਹਿੰਦੇ ਕਹਿਣਾ ਤਾਂ ਨਹੀਂ ਚਾਹੀਦਾ ਫੇਰ ਵੀ ਮਤਲਬ ਤੁਹਾਨੂੰ ਵੀ ਨਹੀਂ ਕਹਿਣਾ ਚਾਹੀਦਾ ਮਤਲਬ ਥੋੜੇ ਕਹਿਣ ਦਾ ਭਾਅ ਹੈ ਜੇ ਮੈਂ ਤੇਲ ਲੈ ਰਿਆ ਰਸ਼ੀਆ ਤੋਂ ਠੀਕ ਹੈ ਤੇ ਉਹਨੂੰ ਪੈਸੇ ਦੇ ਰਿਆ ਉਹਦਾ ਮਤਲਬ ਹੋਗਾ ਯੁੱਧ ਨੂੰ ਫੰਡਿੰਗ ਹੋ ਰਹੀ ਹੈ ਉਹਨਾਂ ਨੂੰ ਪੈਸੇ ਦੇ ਰਿਆ ਮੈਂ ਤੇ ਜਦੋਂ ਪੂਰਾ ਯੂਰਪ ਪੂਰਾ ਯੂਰਪ ਰਸ਼ੀਆ ਤੋਂ ਗੈਸ ਲੈ ਉਹ ਨਹੀਂ ਕਰੇ ਫੰਡਿੰਗ ਹੋ ਰਹੀ ਹੁਣ ਤੁਸੀਂ ਉਹਨਾਂ ਨੂੰ ਪੈਸੇ ਦੇ ਰਹੇ ਬੀਬੀ ਚੁੱਪ ਇੱਕ ਹੋਰ ਗੱਲ ਪੁੱਛੀ ਇੱਕ ਹੋਰ ਬੀਬੀ ਨੇ ਬੀਬੀ ਆ ਬਹੁਤ ਤੇਜ਼ ਸਮਝਦੀ ਆਪਣੇ ਆਪ ਨੂੰ ਕਈ ਨਾ ਉਧਰ ਦੀਆਂ ਕਹਿੰਦੇ ਜੀ ਜਿਹੜਾ ਰਸ਼ੀਆ ਯੂਕਰੇਨ ਦੇ ਵਿੱਚ ਹੋ ਰਿਹਾ ਹੈ ਤੁਸੀਂ ਸੋਨੂੰ ਜੀ ਗੂਗਲ ਤੇ ਤੁਸੀਂ ਚੈੱਕ ਕਰੋ ਤਾਂ ਇੰਡੀਆ ਨੇ ਕਦੇ ਵੀ ਕੋਈ ਸਟੇਟਮੈਂਟ ਨਹੀਂ ਦਿੱਤੀ ਯਾਰ ਕਿ ਹਾਂ ਜੀ ਯਾਰ ਰਸ਼ੀਆ ਨੇ ਬਹੁਤ ਮਾੜਾ ਕਿ ਤਰ੍ਹਾਂ ਰਸ਼ੀਆ ਨੂੰ ਐ ਕਰਨਾ ਚਾਹੀਦਾ ਯੂਕਰੇਨ ਨਾਲ ਇਹ ਜ਼ਰੂਰੀ ਹੈ ਕਿ ਯੂਕਰੇਨ ਨਾਲ ਕੀ ਹੋ ਰਿਹਾ ਕੁਝ ਨਹੀਂ ਆਪਰ ਹੈ ਹਮੇਸ਼ਾ ਨਿਊਟਰਲ VOTING ਹੋਈ UN ਵਿੱਚ ਨਾ ਰਸ਼ੀਆ ਨਾ ਯੂਕਰੇਨ ਇੰਡੀਆ ਨੇ ਵੋਟ ਹੀ ਨਹੀਂ ਪਾਈ ਕਿ ਆਪਾਂ इंडिया पूरा एंड चौच आगे भी कहें कहें जी इंडिया ने जैसे कि इसके ऊपर कोई स्टैंड नहीं ले रहे वो तो यूक्रेन और रशिया के ऊपर पूरी दुनिया के लिए रशिया ने गलत किया है लेकिन इंडिया का छोटा सा भी स्टैंड नहीं आ रहा तो आप कैसे एक्सपेक्ट कर सकते हैं कि आगे जैसे चाइना के साथ आपके काफ़ी कन्फेंट्रेशन हैं तो चाइना से अगर आपका कुछ आगे होता है आप कैसे एक्सपेक्ट करें कि आपको यूरोप और अमेरिकाज वगैरह कंट्री आपकी हेल्प करें भाई ने फिर क्या कहते मतलब कहना तो नहीं चाहिए बट बहुत कुछ हो रहा है कहते एशिया में भी एशिया में अफगानिस्तान में बहुत कुछ हुआ एशिया में इसराइल जेरूसलेम के बीच में बहुत कुछ हुआ एशिया में अभी भी बहुत कुछ चल रहा है एशिया में जम्मू कश्मीर वाला पूरा मुद्दा है कहते तब तो नहीं यूरोप ने कभी कुछ आके बोला कि ये गलत हो रहा है तब तो क्यों क्योंकि पापा अमेरिका कर रहे थे वहाँ पे काम इसलिए ਹਾਂ ਕਿਉਂਕਿ ਪਾਪਾ ਅਮਰੀਕਾ ਦਾ ਹਿੱਸਾ ਪੜਾਇਆ ਇਜ਼ਰਾਈਲ ਜਰੂਸਲੇਮ ਵਿੱਚ ਇਸ ਲਈ ਤਾਂ ਮਤਲਬ ਐਨੀ ਕਹਿ ਉਹਨਾਂ ਨੇ ਬਸ ਸਮਝ ਕੇ ਸੀ ਉਹ ਤਾਂ ਕਹਿੰਦੇ ਉਦੋਂ ਤੱਕ ਕਹਿੰਦੇ ਤੁਸੀਂ ਕੁਝ ਨਹੀਂ ਕੀਤਾ ਯੂਰਪ ਵਾਲਿਆਂ ਨੇ ਕਿ ਜਦੋਂ ਏਸ਼ੀਆ ਵਿੱਚ ਬਹੁਤ ਕੁਝ ਹੋ ਰਿਹਾ ਹੈ ਉਦੋਂ ਨੇ ਕਿਹਾ ਕਹਿੰਦੇ ਯੂਰਪ ਵਾਲਨ ਨੂੰ ਨਾ ਇਹ ਮਾਨਸਿਕਤਾ ਤੋਂ ਬਾਹਰ ਨਿਕਲਣਾ ਪੈਣਾ ਕਿ ਯੂਰਪ ਦੀ ਜਿਹੜੀ ਪ੍ਰੋਬਲਮ ਹੈ ਉਹ ਦੁਨੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਲੱਗਦਾ ਕਿ ਜੇ ਯੂਰਪ ਵਿੱਚ ਕੁਝ ਪ੍ਰੋਬਲਮ ਆ ਰਹੀ ਹੈ ਤਾਂ ਪੂਰੀ ਦੁਨੀਆ ਨੂੰ ਉਹਦੇ ਲਈ ਹੋਣਾ ਚਾਹੀਦਾ ਕਿ ਯਾਰ ਬਹੁਤ ਮਾੜਾ ਹੋ ਰਿਹਾ ਯੂਰਪ ਵਿੱਚ ਜਦੋਂ ਕਿ ਉਹ ਸਮਝਦੇ ਆ ਕਿ ਦੁਨੀਆ ਦੀ ਬਾਕੀ ਪ੍ਰੋਬਲਮ ਯੂਰਪ ਦੀ ਪ੍ਰੋਬਲਮ ਨਹੀਂ ਹੈ ਆਪਣੇ ਉੱਤੇ ਜੇ ਆਂਚ ਆ ਗਈ ਫਿਰ ਕਹਿੰਦੇ ਹਾਏ ਮੈਂ ਮਰ ਗਈ ਹੈ ਉਹਦਾ ਕੁਝ ਹੋ ਰਿਹਾ ਕੋਈ ਬਾਤ ਨਹੀਂ ਕਿਹਾ ਹੋ ਗਿਆ ਉਹ ਵੀ ਉਹ ਵੀ ਚੁੱਪ ਮਤਲਬ ਸੁਣ ਰਹੇ ਸਮਝ ਰਹੇ ਤੁਸੀਂ ਕਿਉਂਕਿ ਪਾਪਾ ਅਮਰੀਕਾ ਉਹਨਾਂ ਦੇ ਫਾਦਰ ਸਾਹਿਬ ਬਣੇ ਹੋਏ ਨੇ ਅਮਰੀਕਾ ਨੇ ਸਭ ਸਾ ਛਤਰਛਾਇਆ ਰੱਖੀ ਹੋਈ ਹੈ ਉਹਦਾ ਦੇ ਅਗੇਂਸਟ ਕਦੇ ਨਹੀਂ ਬੋਲੂंगे ਉਹ ਨੈਟੋ ਅਮਰੀਕਾ ਦੇ ਹੀ ਦੇਨ ਹੈ ਉਹਨਾਂ ਦੇ ਅਗੇਂਸਟ ਕਦੇ ਨਹੀਂ ਬੋਲੂंगे ਬਟ ਜਦੋਂ ਉਹ ਨਾ ਉੱਤੇ ਮਾੜੀ ਜੀ ਆਂਚ ਆ ਗਈ ਉਹਨਾਂ ਦੇ ਥੋੜੇ ਜਿ ਐ ਹੋਏ ਹੋਏ ਨੇ ਹੁਣ ਪਤਾ ਨਹੀਂ ਰਸ਼ੇ ਕੀ ਕਰੂਗਾ ਕੀ ਨਹੀਂ ਕਰੂਗਾ ਉਦ ਬਹੁਤ ਟਕਾ ਟਕਾ ਕੇ ਅਨਸਰ ਦਿੰਦੇ ਇਹ ਫਾਇਦਾ ਹੁੰਦਾ ਜਿਹੜੇ ਹੁੰਦੇ ਨਾ ਵੀ ਪੜੇ ਲਿਖੇ ਮੰਤਰੀ ਹੁਣ ਹਰਦੀਪ ਸਿੰਘ ਪੂਰੀ ਆ ਯਾਰ ਆਈਐਸ ਅਫਸਰ ਬੰਦਾ ਯਾਰ ਰਿਟਾਇਰ ਬਿਊਰੋਕ੍ਰੇਟ ਬੰਦਾ ਇਹ ਆਪਣੇ ਸੁਬਰਾਮਣੰਦਮ ਜੈ ਸ਼ੰਕਰ ਜੀ ਇਹ ਬਿਊਰੋਕ੍ਰੇਟ ਬੰਦਾ ਰਿਟਾਇਰ ਸਾਡੇ ਜਿਹੜੇ ਰੇਲਵੇ ਮਿਨਿਸਟਰ ਨੇ ਸਾਡੇ ਮਿਨਿਸਟਰ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਨੇ ਉਹ ਸਾਡਾ ਬਿਊਰੋਕ੍ਰੇਟ ਬੰਦਾ ਰਿਟਾਇਰ ਇਹੋ ਜਿਹਿਆਂ ਨੂੰ ਬਾਹਰ ਭੇਜਣਾ ਭੇਜਣਾ ਫਾਇਦੇਮੰਦ ਹੈ ਕੋਈ ਅੱਗੇ ਤੋਂ ਬੋਲਣ ਟਕਾ ਕੇ ਬਿਨਾ ਬਿਨਾ ਕੁਝ ਗਾਲਾਂ ਕੱਢੇ ਬਿਨਾ ਛੱਪੜ ਮਾਰੇ ਵਰਚੁਅਲ ਛ ਆਨਸਰ ਇਹਦਾ ਇਰਾਕ ਚਲੋ ਹੂ ਹੈ ਲਾਂਚ ਇੰਡੀਆਜ਼ ਫਰਸਟ ਮਲਟੀਪਲੈਕਸ ਇਨ ਦਾ ਮੈਟਾਵਰਸ ਪਾਰਟੀ ਨਾਈਟ ਤਾਂ ਜੀ ਪਾਰਟੀ ਨਾਈਟ ਕਰਕੇ ਇੱਕ ਮੈਟਾਵਰਸ ਹੈ ਇਸ ਮੈਟਾਵਰਸ ਵਿੱਚ ਦਲੇਰ ਮਹਿੰਦੀ ਨੇ ਪਰਫਾਰਮ ਕੀਤਾ ਇਸ ਮੈਟਾਵਰਸ ਵਿੱਚ ਦਲੇਰ ਮਹਿੰਦੀ ਨੇ ਬੱਲੇ ਬੱਲੇ ਲੈਂਡਬਾਈ ਕੀਤੀ ਇਸ ਮੈਟਾਵਰਸ ਵਿੱਚ ਇੱਕ ਮਲਟੀਵਰਸ ਖੋਲਿਆ ਹੈ ਮਲਟੀਪਲੈਕਸ ਖੋਲਿਆ ਹੈ ਕਿਨੇ ਖੋਲਿਆ ਆਨਸਰ ਹੋ ਜਾਂਦਾ ਹੈ ਇਹ 8 ਠੀਕ ਹੈ ਇਹਦਾ ਆਨਸਰ ਹੋ ਜਾਂਦਾ ਹੈ 8 10 ਚਲੋ So, license, PPI, तो डैश बिकम फर्स्ट आरबीआई लाइसेंस पीपीआई यानी कि प्रीपेड पेमेंट इंस्ट्रूमेंट जिन्हें लॉन्च किया जिन्हों अलाउ किया आरबीआई ने कि ने किसी थोड़े कार्ड तो हूँ कोई भी ऑल ओवर इंडिया पैसे कटा सकता सदै एम तो वन कार्ड पेटीएम पे ओमनी कार्ड नेक्स्ट क्वेश्चन वाला कौन था हाँ भी सचिन महाजन आंसर कर दिया हाँ एयरटेल बिल्कुल आंसर हो जाता है जी ओम्नीका ठीक है ओम्नीका चलो अगला एंबेसडर रबाब फातिमा बन चुकी है यूएन UN दी अंडर सेक्रेटरी जनरल ये कित्थों बिलोंग करदी है दस्सो छैती कित्थों बिलोंग करदी है एहे ओम्नीकाड बिल्कुल ठीक है आंसर ये कित्थों बिलोंग करदी है ता जी ए बिलोंग करदी है कित्थों बांग्लादेश तो बांग्लादेश तो बिलोंग करदी है कुड़ी चलो अगला ਦ ਰਿਪਬਲਿਕਨ ਐਥਨ ਐਥਿਕ ਲੋਕਤੰਤਰ ਕੇ ਸਵਰ ਇਹ ਕਿਸੇ ਦੀ ਸਪੀਚੇ ਦੀ ਕੰਪਾਈਲੇਸ਼ਨ ਹੈ ਕਹਿੰਦੇ ਇੱਕ ਸੰਗ੍ਰਹਿ ਹੈ ਭਾਸ਼ਣਾ ਦਾ ਕਿਹਦੇ ਭਾਸ਼ਣਾ ਦਾ ਪ੍ਰਧਾਨ ਮੰਤਰੀ ਜੀ ਦੇ ਸਾਡੇ ਚੀਫ ਜਸਟਿਸ ਸਾਹਿਬ ਦੇ ਸਾਡੇ ਰਾਸ਼ਟਰਪਤੀ ਜੀ ਦੇ ਜਾਂ ਫਿਰ ਸਾਡੇ ਹੋਮ ਮਿਨਿਸਟਰ ਸਾਹਿਬ ਦੇ ਤਾਂ ਇਹ ਅੰਦਰ ਇਹਦਾ ਹੋ ਜਾਂਦਾ ਸਾਡੇ ਰਾਸ਼ਟਰਪਤੀ ਸਾਹਿਬ ਦੇ 4th ਇਅਰ ਵੀ ਜਿੰਨੀਆਂ ਸਪੀਚਾਂ ਹੋਈ ਸੀ ਉਹਦਾ ਇੱਕ ਸੰਗ੍ਰਹਿ ਸੀ ਇਹ जेम्स एंडरसन ने साढ़े छे सौ विकटा ले टेस्ट मैचों में पहला पेसर यानी कि तेज बॉलिंग करने वाला बंदा बन चुका है सब तो ज्यादा विकटा ऑल टाइम हाईएस्ट कौन है कुंबले मुरली तरन वार्न वास रवा खन्ना फिर रोज क्लास ला लिया करो <laughs> और तो कुछ नहीं कह सकता मैं तो आंसर एदा हो जाता है जी मुथया मुरलीतरन श्रीलंका तो ने इंडिया वालों सब तो ज्यादा विकटा दिया ने कुबले भाजी दिया UN ਜਿਨੇ ਅਡਾਪਟ ਕੀਤਾ ਹੈ ਕਿ ਇੰਡੀਆ ਸਪੌਂਸਰਡ ਰੈਜ਼ੋਲੂਸ਼ਨ ਔਨ ਮਲਟੀਲਿੰਗੁਅਲਿਜ਼ਮ ਲਿੰਗੋਲਿਜ਼ਮ ਮਲਟੀਲਿੰਗੁਅਲਿਜ਼ਮ ਤੇ ਹਿੰਦੀ ਨੂੰ ਕਿਹਾ ਵੀ ਆਪਾਂ ਇਹਨੂੰ ਕਰ ਸਕਦੇ ਹਾਂ ਹਿੰਦੀ ਦੇ ਨਾਲ ਉਰਦੂ ਤੇ ਬੰਗਾਲੀ ਨੂੰ ਵੀ ਵੈਸੇ ਟੋਟਲ ਯੂਨਾਈਟਿਡ ਨੇਸ਼ਨ ਦੀਆਂ ਆਫੀਸ਼ੀਅਲ ਲੈਂਗੁਏਜਿਸ ਕਿੰਨੀਆਂ ਨੇ 4 5 6 ਜਾਂ 7 4 5 6 ਜਾਂ ਫਿਰ 7 ਤਾਂ ਆਨਸਰ ਇਹਦਾ ਹੋ ਜਾਂਦਾ ਜੀ ਕਿੰਨੀਆਂ ਨੇ 6 ਦੇਸ਼ ਅਪਾਇੰਟਡ ਅੰਬੈਸਡਰ ਆਫ ਇੰਡੋ ਯੂਕੇ ਕਲਚਰ ਪਲੈਟਫਾਰਮ ਤਾਂ ਇੱਕ ਇੰਡੋ ਯੂਕੇ ਕਲਚਰ ਪਲੈਟਫਾਰਮ ਹੈ ਤਾਂ ਇਹਦੇ 75 ਸਾਲ ਹੋ ਰਹੇ ਨੇ ਭਾਰਤ ਦੀ ਆਜ਼ਾਦੀ ਨੂੰ ਤਾਂ ਉਹਦੇ ਲਈ ਇਹਨਾਂ ਨੂੰ ਅੰਬ੍ਰੈਂਡ ਮੈਸਟਰ ਬ੍ਰਾਂਡ ਤਾਂ ਨਹੀਂ ਉਹਨਾਂ ਅੰਬੈਸਡਰ ਰੱਖਿਆ ਗਿਆ ਕਿਨੂੰ ਕੁਮਾਰ ਸਾਨੂੰ ਗਿਰੀ ਸੰਧੂ ਏ ਆਰ ਰਹਿਮਾਨ ਸੋਨੂ ਨਿਗਮ ਜਾਂ ਫਿਰ ਜੈਸਮੀਨ ਸੈਂਡਲਸ ਹੈ ਤਾਂ ਆਨਸਰ ਇਹਦਾ ਹੋ ਜਾਂਦਾ ਹੈ ਕਿ ਏ ਆਰ ਰਹਿਮਾਨ ਏ ਆਰ ਰਹਿਮਾਨ ਇੰਡੀਆ ਨੇ ਹਰਾਇਆ ਪੋਲੈਂਡ ਨੂੰ 6-4 ਤੋਂ ਤੇ ਜਿੱਤ ਚੁੱਕੇ ਨੇ ਇਹਨਾਂ ਦਾ ਪਹਿਲਾ ਇਨੌਗੁਰਲ ਮਤਲਬ ਕਿ ਪਹਿਲਾ ਉਦਘਾਟਨੀ FIH ਹਾਕੀ 5 ਦਾ ਵਰਲਡ ਕੱਪ ਮਤਲਬ ਕਿ ਪੰਜ ਬੰਦੇ ਪਰ ਟੀਮ ਸੀਗੇ ਇਹ ਹੋਇਆ ਕਿੱਥੇ ਸੀ ਬਰਨ ਬਰਸਲਸ ਲਾਸੈਂਸ ਸਟਾਕਹੋਮ ਇੱਕ ਐਗਜ਼ਾਮਪਲ ਦੇ ਦੇਣਾ ਸੌਰੀ ਹਿੰਟ ਜਿੱਥੇ FIH ਦਾ ਹੈੱਡਕੁਆਰਟਰ ਹੈ ਉੱਥੇ ਤਾਂ ਆਨਸਰ ਹੋ ਜਾਂਦਾ ਹੈ ਕਿੱਥੇ ਹੈ ਲਾਸੈਂ ਕਿੱਥੇ ਸਵਿਟਜ਼ਰਲੈਂਡ ਵਿੱਚ ਚਲੋ ਵਰਲਡ ਦਾ ਪਹਿਲਾ ਰਾਈਟ ਟੂ ਰਿਪੇਅਰ ਲਾ ਫॉर ਡਿਜੀਟਲ ਇਲੈਕਟ੍ਰੋਨਿਕਸ ਇਹ ਪਾਸ ਕੀਤਾ ਕਿਹੜੇ ਸਟੇਟ ਜਾਂ ਫਿਰ ਕਿਹੜੀ ਕਿੱਥੋਂ ਦੀ ਲੈਜਿਸਲੇਚਰ ਨੇ ਕਿੱਥੋਂ ਦੇ ਸੰਸਦ ਨੇ ਸੰਸਦ ਹੁੰਦਾ ਕਿੱਥੋਂ ਦੀ ਵਿਧਾਨ ਸਭਾ ਨੇ ਸੌਰੀ ਟੈਕਸਾਸ ਵਾਸ਼ਿੰਗਟਨ ਡੀਸੀ ਨਿਊਯਾਰਕ ਫਲੋਰੀਡਾ ਦਾ ਆਨਸਰ ਹੋ ਜਾਂਦਾ ਹੈ ਜੀ ਨਿਊਯਾਰਕ dash became the fastest to score 1000 runs as captain in odi ahead of kohli ta ji kohli to the thi jehde 1000 run banaye kine banaye ta bahut is bekar sawal hai babar azam pakistan to ਕਿਹੜੀ ਸਟੇਟ ਨੇ ਅਨਾਉਂਸ ਕੀਤਾ ਰੂਰਲ 올림픽ਸ ਦੇ ਨਾਲ ਨਾਲ ਕਿਹਾ ਕਿ ਰਾਹੁਲ ਸਾਡੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਵੀ ਆਪਾਂ ਲਾਂਚ ਕਰਤੇ ਸਪੋਰਟਸ ਪਰਸਨ ਲਈ ਤਾਂ ਖਿਡਾਰੀਆਂ ਲਈ ਇੱਕ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਤੇ ਨਾਲ ਨਾਲ ਪਿੰਡੂ 올림픽ਸ ਲਾਂਚ ਕੀਤੇ ਕਿ ਇਹਨਾਂ ਨੇ ਛੱਤੀਸਗੜ ਮਹਾਰਾਸ਼ਟਰ ਰਾਜਸਥਾਨ ਤ੍ਰਿਪੁਰਾ ਛੱਤੀਸਗੜ ਮਹਾਰਾਸ਼ਟਰ ਰਾਜਸਥਾਨ ਤ੍ਰਿਪੁਰਾ ਤਾਂ ਬਿਲਕੁਲ ਠੀਕ ਹੈ ਆਨਸਰ ਹੋ ਜਾਂਦਾ ਇਹਦਾ ਰਾਜਸਥਾਨ ਬ੍ਰਿਟੇਨ ਦੀ ਰਾਣੀ ਬਣ ਚੁੱਕੀ ਹੈ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਜ਼ਿਆਦਾ ਲੰਬਾ ਰਾਜ ਕਰਨ ਵਾਲੀ ਪਹਿਲੇ ਨੰਬਰ ਤੇ ਕਿੰਗ ਲੂਈਸ ਦਾ 14 ਜਿਹੜਾ ਦੂਜਾ ਨੰਬਰ ਹੈ ਉਹ ਇਹਨਾਂ ਨੇ ਲਿਆ ਕਿਤੋਂ ਕਿੰਗ ਭੂਮੀਬੋਲ ਅਬੁਲ ਯਾਦੇਸ਼ ਤੋਂ ਆ ਕਿੰਗ ਭੂਮੀਬੋਲ ਅਬੁਲ ਯਾਦੇਸ਼ ਕਿਤੋਂ ਦੇ ਸੀਗੇ ਫਿਲੀਪੀਨ, ਥਾਈਲੈਂਡ, ਲਾਓਸ, ਕੰਬੋਡੀਆ ਫਿਲੀਪੀਨ, ਥਾਈਲੈਂਡ, ਲਾਓਸ, ਕੰਬੋਡੀਆ ਤਾਂ ਆਨਸਰ ਹੋ ਜਾਂਦਾ ਹੈ ਜਿਹੜਾ ਥਾਈਲੈਂਡ ਤੋਂ ਸੀਗੇ ਡੈਸ਼ ਰਿਲੀਜ਼ ਇਸ ਵਰਲਡ ਦੀ ਮੋਸਟ ਡਿਟੇਲਡ ਮੈਪ ਆਫ ਦਾ ਮੂਨ ਤਾਂ ਜੀ ਬਹੁਤ ਹੀ ਕਹਿੰਦੇ ਸਾਫ਼ ਸੁਥਰਾ ਬਹੁਤ ਹੀ ਚੱਕਮਾ ਕਹਿੰਦੇ ਜੀ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਉੱਥੇ ਇੱਕ ਇੱਕ ਖੱਡਾ ਇੱਕ ਇੱਕ ਟੋਆ ਦਿਖ ਰਿਹਾ ਹੈ ਉੱਥੇ ਤਾਂ ਆਨਸਰ ਹੋ ਜਾਂਦਾ ਹੈ ਜੀ ਚਾਈਨਾ ਇੰਡੀਆ ਦੀ ਪਹਿਲੀ ਕੋਵਿਡ-19 ਵੈਕਸੀਨ ਜਿਹੜੀ ਕਿ ਜਾਨਵਰਾਂ ਲਈ ਆਈ ਹੈ ਨਾ ਉਹਦਾ ਐਨਓ ਕੋਵੈਕਸ ਕਿਹਨੇ ਲਾਂਚ ਕੀਤੀ ਹੈ ਸਰਬਨੰਦ ਸੋਨਵਾਲ ਮਨਸੂਖ ਮੰਡਵੀਏ ਨਰਿੰਦਰ ਸਿੰਘ ਤੋਮਰ ਜਾਂ ਫਿਰ ਅਮਿਤ ਸ਼ਾਹ ਜੀ ਨੇ ਤਾਂ ਅੰਤਰ ਹੋ ਜਾਂਦਾ ਇਹਦਾ ਬਹੁਤ ਵੀਅਰਡ ਲੱਗੂਗਾ ਤੁਹਾਨੂੰ ਨਰਿੰਦਰ ਸਿੰਘ ਤੋਮਰ ਜੀ ਨੇ ਲਾਂਚ ਕੀਤੀ ਹੈ ਜਾਨਵਰਾਂ ਲਈ ਅੱਗੇ ਐਥਰ એનર્ਜੀ ਨੇ ਪਾਰਟਨਰਸ਼ਿਪ ਕੀਤੀ SBI ਨਾਲ ਫॉर ਕਸਟਮਰ ਰਿਟੇਲ ፋინੈਂਸ ਐਥਰ એનર્ਜੀ ਤੁਹਾਨੂੰ ਦੱਸਦੀ ਹੈ ਇਲੈਕਟ੍ਰਿਕ ਸਕੂਟਰ ਬਣਾਉਂਦੇ ਨੇ ਤਾਂ ਕਿਹੜੀ IPL ਟੀਮ ਨੇ ਐਥਰ એનર્ਜੀ ਨੂੰ ਆਪਣਾ ਐਸ ਪ੍ਰਿੰਸੀਪਲ ਸਪான்ਸਰ ਸਾਈਨ ਕੀਤਾ ਹੈ ਪੂਰੇ 2 ਸਾਲਾਂ ਲਈ ਲਖਨਊ ਮੁੰਬਈ ਚੇਨਈ ਗੁਜਰਾਤ ਇੱਕ ਵਾਰੀ 100 ਲਾਈਕ ਤਾਂ ਕਰ ਦਿਓ 96 ਤੇ ਰਹਿ ਗਏ ਆਪਾਂ 132 ਬੈਠੇ ਹੋ ਤੁਸੀਂ 96 ਲਾਈਕਸ ਅਨਸਰ ਇਹਦਾ ਹੋ ਜਾਂਦਾ ਹੈ ਜੀ ਗੁਜਰਾਤ ਗੁਜਰਾਤ ਟਾਈਟਨ ਕੈਪਟਨ ਹਰਦੀਪ ਪੰਡਿਆ ਜਿਹੜੇ ਜਿੱਤੇ ਨੇ ਇਸ ਵਾਰ ਦਾ ਆਈਪੀਐਲ 15ਵਾਂ ਐਡੀਸ਼ਨ ਨਹੀਂ ਹਰਾ ਐਡੀਸ਼ਨ ਸੀ ਹਰਾਇਆ ਰਾਜਸਥਾਨ ਰਾਇਲਜ਼ ਨੂੰ ਰਾਜਸਥਾਨ ਰਾਇਲ ਦਾ ਕੈਪਟਨ ਸੰਜੂ ਸੈਮਸਨ ऑरेंज कैप यानी कि सबसे ज्यादा रन किसने बनाए जोस बटलर ने पर्पल कैप यानी सब कि सबसे ज्यादा विकेट किसने ले ली जोज वेदर चहल ने तो जोस बटलर तो युजवेन्द्र चहल दोनों सीके किथों राजस्थान रॉयल तो सीके मोस्ट वैल्यूएबल प्लेयर दी गल करी वो भी जोस बटलर राजस्थान रॉयल तो सीके फाइनल होया सी किथे अहमदाबाद विच अहमदाबाद विच किथे नरेंद्र मोदी स्टेडियम दे विच सबसे ज्यादा चौके सबसे सब ज्यादा छक्के ਜੌਸ ਬਟਲਰ ਦੇ ਸਭ ਤੋਂ ਤੇਜ਼ ਬਾਲ ਲੋਕੀ ਫਰਗੂਸਨ ਦੀ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਦਿਨੇਸ਼ ਕਾਰਤਿਕ ਦਾ ਅਮਰਜਿੰਗ ਪਲੇਅਰ 우ਮਰਾਨ ਮਲਿਕ ਹਾਈਦਰਾਬਾਦ ਤੋਂ ਦਿਨੇਸ਼ ਕਾਰਤੀ ਜੀ ਦਾ ਨਾਮ ਲਿਆ ਮੈਂ ਉਹ ਆਪਣਾ ਬੈਂਗਲੌਰ ਤੋਂ ਤੇ ਹੋਰ ਸਭ ਤੋਂ ਜ਼ਿਆਦਾ ਸਕਸੈਸਫੁਲ ਟੀਮ ਪੰਜ ਕੱਪ ਜਿੱਤ ਚੁੱਕੀ ਹੈ ਮੁੰਬਈ ਇੰਡੀਅਨ ਪਿਛਲੀ ਵਾਰ ਜਿਹੜਾ ਵਿਨਰ ਸੀਗੀ ਉਹਦਾ ਨਾਮ ਸੀ ਚੇਨਈ ਸੁਪਰ ਕਿੰਗਸ ਠੀਕ ਹੈ ਹਾਂ ਬਸ ਇਹ ਨਹੀਂ ਹੈ ਚਲੋ ਤਾਂ ਇਹ ਥੋੜੀ ਜਿਹੀ ਰਿਵੀਜ਼ਨ ਤੁਹਾਡੇ ਲਈ ਠੀਕ ਹੈ ਇਹਦੇ ਵਿੱਚ ਇੱਕ ਨਾ ਨਹੀਂ ਹੈ ਇੱਕ ਨਾ ਨਹੀਂ ਹੈ ਇਹਦੇ ਵਿੱਚ ਉਹ ਨਾ ਹੈ ਬ੍ਰਿਟਿਸ਼ ਬ੍ਰਿਟਿਸ਼ ਯਾਦ ਆ ਕੁਝ ਕੀ ਕੀਤਾ ਸੀ ਆਪਾਂ A B C M S P ਔਰ ਤੀਜਾ ਕਿਹੜਾ ਸੀ B C S ਯਾਨੀ ਕਿ ਆਸਟ੍ਰੇਲੀਆ ਆਸਟ੍ਰੀਆ ਬਹਰੇਨ ਕੌਣ ਹੈ ਚਾਹਤ ਲੱਕ ਲੱਕ ਮੋਨਾਕੋ ਸਰਜੀਓ ਪੈਰੇਜ਼ ਬ੍ਰਿਟਿਸ਼ 카ਰਲੋਸ ਸੈਜ਼ ਠੀਕ ਹੈ ਯਾਦ ਹੈ ਕੁਛ اے ਬੀ ਸੀ ਨਹੀਂ ਆਪਾਂ اے ਬੀ ਸੀ ਤਾਂ ਉੱਤੇ ਉੱਠ ਚੁੱਕੇ ਆਪਾਂ ਇਹ اے ਬੀ ਸੀ ਆ ਚੁੱਕਾ ਹੁਣ ਜਿਹੜੇ ਨਵੇਂ ਨੇ ਉਹਨਾਂ ਲਈ ਤਿੰਨ ਚੀਜ਼ਾਂ ਯਾਦ ਰੱਖਣੀਆਂ ਯਾਰ ਤੁਸੀਂ ਸਾਰਿਆਂ ਨੇ ਸਾਰੀ ਤੁਹਾਡੀ ਰੇਸਿਸ ਯਾਦ ਹੋ ਜੂਗੀ ਆ اے ਬੀ ਸੀ ਐਮ ਐਸ ਪੀ ਤੇ ਬੀ ਸੀ ਐਸ ਤਾਂ ਇਹ ਤੋਂ ऑस्ट्रेलिया ए तो ऑस्ट्रिया बी तो बहरेन सी तो बी का है चार्ल्स लैकलरक ठीक है एम तो मोनाको एसपी तो सर्जियो पेरेज बी तो ब्रिटिश सी एस हो गया कार्लोस ਟੈਸ ਤਾਂ ਦੇਖੋ 1 2 3 4 5 ਇਹਨਾਂ 5 ਨੂੰ ਛੱਡ ਕੇ ਕੋਈ ਵੀ ਰੇਸ ਹੈ ਉਹ ਜਿੱਤੀ ਕਿਨੇ ਆ ਮੈਕਸ ਵਰਸਟੈਪਨ ਨੇ ਜਿੱਤੀ ਨੂੰ ਛੱਡ ਕੇ ਕੋਈ ਵੀ ਰੇਸ ਮੈਕਸ ਵਰਸਟੈਪਨ ਨੇ ਜਿੱਤੀ ਹੈ ਠੀਕ ਹੈ ਮੈਕਸ ਵਰਸਟੈਪਨ ਗੱਡੀ ਚਲਾਉਂਦਾ ਕਿਦੀ ਰੈਡ ਬੁੱਲ ਦੀ 카ਰਲੋਸ ਐਨ ਗੱਡੀ ਚਲਾਉਂਦਾ ਕਿਦੀ ਫਰਾਰੀ ਦੀ ਸਰਜੋ ਚਲਾਉਂਦਾ ਕਿਦੀ ਰੈਡ ਬੁੱਲ ਦੀ ਚਲੋ ਲਾਸ ਸਵਾਲ ਆ ਜਦਾ ਕਿਹੜੀ ਸਟੇਟ ਆਪਣਾ ਫਰਸਟ ਐਵਰ ਬਰਡ ਐਟਲਸ ਲਿਆ ਰਹੀ ਹੈ ਕਿਹੜੀ ਸਟੇਟ ਆਪਣਾ ਫਰਸਟ ਐਵਰ ਬਰਡ ਐਟਲਸ ਲਿਆ ਰਹੀ ਹੈ ਤਮਿਲਨਾਡੂ ਓਹੋ